ਸਤਿਕਾਰ ਤੁਸੀਂ ਲੋਕਰਾਂ ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਆ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਇਸ ਵੇਲੇ ਉੱਗੇ ਸਿਆਸੀ ਮਾਹਰ ਮਾਲਵਿੰਦਰ ਸਿੰਘ ਮਾਲੀ ਮੌਜੂਦ ਨੇ ਮਸਲਾ ਇਹ ਹੋਵੇਗਾ ਕਿ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਕਿਹੜੇ ਰਾਹ ਤੁਰ ਰਿਹਾ ਦੂਜੀ ਗੱਲ ਇਹ ਹੋਏਗੀ ਕਿ ਸਰਹੱਦਾਂ ਨੂੰ ਖੋਲ੍ਹਣ ਦੀ ਜਿਹੜੀ ਗੱਲ ਹੋ ਰਹੀ ਹੈ ਉਹ ਕਿੱਥੇ ਤੱਕ ਵਾਜਬ ਹੈ ਕੀ ਉਸਦੇ ਨਾਲ ਫਾਇਦਾ ਹੋਣਾ ਕੀ ਨੁਕਸਾਨ ਹੋ ਸਕਦਾ ਉਸ ਉੱਤੇ ਵੀ ਗੱਲਬਾਤ ਕਰਾਂਗੇ ਫੈਡਰਲਵਾਦ ਦੀ ਵੀ ਗੱਲ ਹੁੰਦੀ ਹੈ ਕਿ ਆਖਿਰਕਾਰ ਸੰਘੀ ਢਾਂਚੇ ਦੇ ਵਿੱਚ ਕਿਸ ਤਰ੍ਹਾਂ ਦਾ ਰੋਲ ਕਿਸਾਨ ਅੰਦੋਲਨ ਨਿਭਾ ਰਿਹਾ ਉਸ ਤੋਂ ਇਲਾਵਾ ਯੋਗਿੰਦਰ ਯਾਦਵ ਉਹਨਾਂ ਦੀ ਅਹਿਮ ਭੂਮਿਕਾ ਜਿਹੜੀ ਕਿਸਾਨ ਅੰਦੋਲਨ ਦੇ ਵਿੱਚ ਦੇਖੀ ਜਾ ਰਹੀ ਹੈ ਕਿਤੇ ਨਾ ਕਿਤੇ ਜਿਹੜਾ ਉਹ ਸਵਾਲ ਉੱਠਦੇ ਨੇ ਯੋਗਿੰਦਰ ਯਾਦਵ ਤੇ ਕਿ ਕਿਤੇ ਇਹ ਤਾਂ ਨਹੀਂ ਕਿ ਰਾਸ਼ਟਰਵਾਦੀ ਸਿਆਸਤ ਵੀ ਨਾਲੋ ਨਾਲ ਚੱਲ ਰਹੀ ਹੈ ਕੋਈ ਰਾਸ਼ਟਰਵਾਦੀ ਰੰਗ ਦੇਣ ਦੀ ਗੱਲ ਹੋ ਰਹੀ ਹੈ ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਮਾਲੀ ਸਾਹਿਬ ਤੁਹਾਡਾ ਸਵਾਗਤ ਹੈ ਲੋਕਰੰਗ ਚੈਨਲ ਪੰਜਾਬੀ ਦੇ ਸਤਿ ਸ੍ਰੀ ਅਕਾਲ ਜੀ ਸੁਖਵਿੰਦਰ ਸਿੰਘ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮਾਲੀ ਸਾਹਿਬ ਆਪਾਂ ਜੇ ਕਿਸਾਨ ਅੰਦੋਲਨ ਤੋਂ ਸ਼ੁਰੂ ਕਰੀਏ ਕਿਸਾਨਾਂ ਨੂੰ ਲਗਾਤਾਰ ਸੱਦਾ ਭੇਜਿਆ ਗਿਆ ਇੱਕ ਵਾਰ ਫੇਰ ਸੱਦਾ ਭੇਜਿਆ ਗਿਆ ਕਿਤੇ ਨਾ ਕਿਤੇ ਕਿਸਾਨਾਂ ਦੇ ਵਿੱਚ ਵਖਰੇਵਾਂ ਜਿਹਾ ਦੇਖਣ ਨੂੰ ਮਿਲ ਰਿਹਾ ਜਥੇਬੰਦੀਆਂ ਦੇ ਵਿੱਚ ਸਹਿਮਤੀ ਨਜ਼ਰ ਨਹੀਂ ਆ ਰਹੀ ਤੁਹਾਡਾ ਨਜ਼ਰੀਆ ਕੀ ਕਹਿੰਦਾ ਹੁਣ ਤੱਕ ਬਿਲਕੁਲ ਠੀਕ ਆ ਤੁਹਾਡੀ ਇਹ ਗੱਲ ਜੀ ਜੀ ਮਤਲਬ ਜਦੋਂ ਵੀ ਕਿਸੇ ਸਮੱਸਿਆ ਬਾਰੇ ਉਹਦੇ ਕਾਰਨਾਂ ਬਾਰੇ ਤੇ ਉਹਦੇ ਹੱਲ ਬਾਰੇ ਥੋੜੀ ਵਿਸਥਾਰ ਦੇ ਵਿੱਚ ਚਰਚਾ ਨਾ ਹੋਵੇ ਇੱਕ ਸਾਂਝੀ ਸਮਝ ਨਾ ਬਣੇ ਤਾਂ ਅਈਆਂ ਜੀਆਂ ਹਾਲਤਾਂ ਪੈਦਾ ਹੋਣੀ ਸੁਭਾਵਿਕ ਆ ਜੋ ਪੰਜਾਬ ਦੇ ਕਿਸਾਨ ਅੰਦੋਲਨ ਦੇ ਵਿੱਚ ਪੈਦਾ ਹੋ ਰਹੀ ਆ ਜੀ ਕਿਉਂਕਿ ਇਹ ਜਿਹੜਾ ਖੇਤੀ ਸੰਕਟ ਆ ਪੰਜਾਬ ਦਾ ਇਹਦੇ ਬਾਰੇ ਨਾ ਸਾਰੀਆਂ ਧਿਰਾਂ ਦੀ ਵੱਖੋ ਵੱਖਰੀ ਪਹੁੰਚ ਆ ਇਸ ਕਰਕੇ ਇਹਨੂੰ ਹੱਲ ਕਰਨ ਬਾਰੇ ਵੀ ਵੱਖੋ ਵੱਖਰੀ ਪਹੁੰਚ ਆ ਇਹਦੇ ਕਾਰਨ ਕੀ ਨੇ ਇਹਦੇ ਬਾਰੇ ਵੀ ਵੱਖੋ ਵੱਖਰੀ ਪਹੁੰਚ ਆ ਠੀਕ ਆ ਇਕੱਠੇ ਨੇ ਵੱਡਾ ਹਿੱਸਾ ਇਕੱਠਾ ਚੰਗੀ ਗੱਲ ਆ ਇਹ ਕਿਸਾਨ ਏਕਤਾ ਇਸ ਰੂਪ ਚ ਪਹਿਲੀ ਵਾਰ ਪੰਜਾਬ ਦੇ ਵਿੱਚ ਸਾਹਮਣੇ ਆਈ ਆ ਪਰ ਦੋ ਜਥੇਬੰਦੀਆਂ ਨੇ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਭਾਰਤ ਦੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਉਹਦੇ ਨਾਲ ਵੱਖਰਾ ਹੋ ਕੇ ਚੱਲਦੀਆਂ ਨੇ ਹਮੇਸ਼ਾ ਵੱਖਰਾ ਪੈਂਤਰਾ ਸਾਹਮਣੇ ਲਿਆਉਂਦੀਆਂ ਨੇ ਤੇ ਜਿਹੜਾ ਪੈਂਤਰਾ ਸਾਹਮਣੇ ਲਿਆਉਂਦੀਆਂ ਨੇ ਉਹਦੇ ਫਿਰ ਆਪਦੇ ਆਪ ਚ ਅਸਰ ਚੰਗੇ ਜਾਂ ਮਾੜੇ ਆ ਉਹ ਅੰਦੋਲਨ ਦੇ ਸਾਹਮਣੇ ਵੀ ਆਉਂਦੇ ਆ ਸਾਰਿਆਂ ਦੇ ਸਾਹਮਣੇ ਵੀ ਆਉਂਦੇ ਆ ਤੇ ਇਸ ਕਰਕੇ ਬਹੁਤ ਜ਼ਰੂਰੀ ਆ ਕਿ ਪਹਿਲਾਂ ਇਸ ਸੰਕਟ ਦਾ ਕਾਰਨ ਕੀ ਆ ਉਹਨੂੰ ਸਮਝਣ ਵੱਲ ਧਿਆਨ ਦਿੱਤਾ ਜਾਵੇ ਜਿਹਦੇ ਵੱਲ ਸੋਚਣ ਨੂੰ ਇਹ ਕਿਸਾਨ ਜਥੇਬੰਦੀਆਂ ਤਿਆਰ ਨਹੀਂ ਕਾਰਨ ਤਾਂ ਜੀ ਇਹਦੇ ਬਹੁਤ ਵੱਡੇ ਨੇ ਅਸਲ ਚ ਜੇ ਆਪਾਂ ਦੇਖੀਏ ਇਹਦੇ ਕਾਰਨ ਤਾਂ 1947 ਤੋਂ ਸ਼ੁਰੂ ਹੋ ਜਾਂਦੇ ਨੇ 1947 ਤੋਂ ਸ਼ੁਰੂ ਕਰਨ ਦਾ ਮੇਰਾ ਮਤਲਬ ਇਹ ਆ ਜਦੋਂ ਪੰਜਾਬ ਨੂੰ ਵੰਡ ਕੇ ਦੋ ਦੇਸ਼ ਬਣੇ ਨੇ ਭਾਰਤ ਤੇ ਪਾਕਿਸਤਾਨ ਉਦੋਂ ਪਾਣੀਆਂ ਦੇ ਵੰਡ ਦਾ ਰੌਲਾ ਬਹੁਤ ਵੱਡਾ ਪਿਆ ਭਾਰਤ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਉਦੋਂ ਵਰਲਡ ਲੈਵਲ ਦੀਆਂ ਵਰਲਡ ਬੈਂਕ ਦੀਆਂ ਟੀਮਾਂ ਵੀ ਸ਼ਾਮਿਲ ਹੋਈਆਂ ਹੋਰ ਕੌਮਾਂਤਰੀ ਸ਼ਕਤੀਆਂ ਵੀ ਸ਼ਾਮਿਲ ਹੋਈਆਂ ਬੜੀ ਵਿਸਥਾਰੀ ਗੱਲਬਾਤ ਚੱਲੀ ਕਿ ਪੰਜ ਦਰਿਆਵਾਂ ਦਾ ਪਾਣੀ ਆ ਜਿਹੜਾ ਇਹਦੀ ਵੰਡ ਕਿਵੇਂ ਹੋਵੇ ਉਸ ਵੇਲੇ ਤੁਸੀਂ ਹੈਰਾਨ ਹੋਵੋਗੇ ਕਿ ਇਹ ਜਿਹੜੀ ਵੰਡ ਦੀ ਸਾਰੀ ਗੱਲਬਾਤ ਸੀ ਦੋਹਾਂ ਪੰਜਾਬਾਂ ਦੀਆਂ ਸਰਕਾਰਾਂ ਦੇ ਵਿੱਚ ਚੱਲੀ ਆ ਪੂਰਬੀ ਪੰਜਾਬ ਤੇ ਲਹਿੰਦਾ ਪੰਜਾਬ ਜਿਹਨੂੰ ਅਸੀਂ ਪੱਛਮੀ ਪੰਜਾਬ ਕਹਿੰਦੇ ਹਾਂ ਉਹਨਾਂ ਦੋਹਾਂ ਸਰਕਾਰਾਂ ਦੇ ਦਰਮਿਆਨ ਇਹ ਗੱਲਬਾਤ ਚੱਲੀ ਆ ਵੀ ਸਾਡੇ ਦਰਿਆ ਨੇ ਅਸੀਂ ਵੰਡੇ ਗਏ ਹਾਂ ਇਹਨਾਂ ਦੇ ਪਾਣੀਆਂ ਦੀ ਵੰਡ ਕਿਹੋ ਜਿਹੀ ਹੋਣੀ ਚਾਹੀਦੀ ਆ ਉਹਦੇ ਵਿੱਚ ਸਾਲਸੀ ਕੀਤੀ ਆ ਵਰਲਡ ਬੈਂਕ ਨੇ ਉਹਦੇ ਵਿੱਚ ਜ਼ਿੰਮੇਵਾਰੀਆਂ ਲਈਆਂ ਨੇ ਪਾਕਿਸਤਾਨ ਸਰਕਾਰ ਨੇ ਵੀ ਤੇ ਭਾਰਤ ਸਰਕਾਰ ਨੇ ਵੀ ਅਸਲ 'ਚ ਉੱਥੇ ਧੋਖੇ ਦੀ ਖੇਡ ਸ਼ੁਰੂ ਹੋ ਗਈ ਨਾ ਧੋਖੇ ਦੀ ਖੇਡ ਸ਼ੁਰੂ ਇਸ ਤਰ੍ਹਾਂ ਹੋਈ ਵੀ ਪੂਰਬੀ ਪੰਜਾਬ ਨੇ ਪੱਛਮੀ ਪੰਜਾਬ ਨਾਲ ਪਾਣੀਆਂ ਦੀ ਵੰਡ 'ਚ ਧੋਖਾ ਕੀਤਾ ਕਾਣੀ ਵੰਡ ਕੀਤੀ ਪਾਣੀਆਂ ਦੀ ਵੰਡ ਦੇ ਵਿੱਚ ਇਹਨਾਂ ਨੇ ਜਿਹੜਾ ਰਾਜਸਥਾਨ ਸੀ ਬੀਕਾਨੇਰ ਸੀ ਜਿਹੜੀ ਨਹਿਰ ਕੱਢੀ ਗਈ ਸੀ ਜਿਹੜਾ ਸਾਡੇ ਰਪੇਰੀਨ ਲਾ ਦੇ ਬੇਸਨ ਲਾ ਦੇ ਘੇਰੇ 'ਚ ਆਉਂਦਾ ਨਹੀਂ ਸੀ ਭਾਰਤ ਨੇ ਉਹਨੂੰ ਸ਼ਾਮਿਲ ਕੀਤਾ ਦਬਾਅ ਪਾ ਕੇ ਉਹਦੇ ਵਿੱਚ ਉਹ ਨਹਿਰ ਦਾ ਹਵਾਲਾ ਦਿੱਤਾ ਉਦੋਂ ਤਾਂ ਲਾਲਚ ਇਹ ਸੀ ਵੀ ਚਲੋ ਪਾਕਿਸਤਾਨ ਤੋਂ ਪਾਣੀ ਲੈ ਰਿਹਾ ਪਹਿਲੀ ਗੱਲ ਤਾਂ ਉੱਥੋਂ ਧੋਖਾ ਹੋਇਆ ਦੂਜਾ 1955 ਦੇ ਵਿੱਚ ਜਦੋਂ ਫੇਰ ਸੰਧੀ ਹੋਈ ਪਾਣੀਆਂ ਦੀ ਵੰਡ ਦੀ ਸਾਂਝਾ ਪੰਜਾਬ ਸੀ ਉਦੋਂ ਰਾਜਸਥਾਨ ਨੂੰ ਪਾਣੀਆਂ ਦੀ ਵੰਡ ਕੀਤੀ ਗਈ ਪਾਣੀ ਦਿੱਤਾ ਗਿਆ ਤੇ ਉਹ ਮੀਟਿੰਗ ਦੇ ਵਿੱਚ ਇਹ ਕਿਹਾ ਗਿਆ ਕਿ ਪੰਜਾਬ ਦੇ ਪਾਣੀ ਦੇ ਮੁੱਲ ਦੇ ਲਈ ਅਸੀਂ ਅਗਲੀ ਮੀਟਿੰਗ ਦੇ ਵਿੱਚ ਫੈਸਲਾ ਕਰਾਂਗੇ ਕਿਉਂਕਿ ਅੰਗਰੇਜ਼ਾਂ ਵੇਲੇ ਜਦੋਂ ਗੰਗ ਕਨਾਲ ਦੇ ਵਿੱਚੋਂ ਪੰਜਾਬ ਪਾਣੀ ਦਿੰਦਾ ਸੀ ਬੀਕਾਨੇਰ ਸਟੇਟ ਨੂੰ ਉਦੋਂ ਪਾਣੀ ਦੀ ਕੀਮਤ ਵਸੂਲਦਾ ਸੀ ਪਰ 1955 ਤੋਂ ਬਾਅਦ ਇਹ ਮੀਟਿੰਗ ਕਦੇ ਪੰਜਾਬ ਦੇ ਪਾਣੀ ਦੀ ਕੀਮਤ ਤੈਅ ਕਰਨ ਵਾਲੀ ਨਹੀਂ ਹੋਈ ਉਸ ਤੋਂ ਬਾਅਦ 1966 'ਚ ਪੰਜਾਬੀ ਸੂਬਾ ਬਣਾਉਣ ਦੀ ਗੱਲ ਹੋਈ ਪੰਜਾਬੀ ਸੂਬਾ ਨਹੀਂ ਬਣਾਇਆ ਪੰਜਾਬ ਵੰਡਿਆ ਕਿਉਂ ਜੇ ਪੰਜਾਬੀ ਸੂਬਾ ਬਣਾਉਂਦੇ ਉਹ ਬੋਲੀ ਦੇ ਆਧਾਰ ਤੇ ਆਉਂਦੇ ਜਿਹਦੇ ਵਿੱਚ ਹਿਮਾਚਲ ਦੇ ਰਾਜਸਥਾਨ ਦਾ ਗੰਗਾਨਗਰ ਹਰਿਆਣੇ ਦਾ ਮਤਲਬ ਅੰਬਾਲੇ ਤੋਂ ਲੈ ਕੇ ਵੱਡਾ ਇਲਾਕਾ ਪੰਜਾਬੀ ਬੋਲਦਾ ਇਲਾਕਾ ਆਉਣਾ ਸੀ ਤੇ ਫਿਰ ਪਾਣੀ ਦਾ ਮਸਲਾ ਵੀ ਜਿਹੜਾ ਪੰਜਾਬ ਦੇ ਅਧਿਕਾਰ 'ਚ ਆਉਣਾ ਸੀ
ਇਹਨਾਂ ਨੇ ਪੰਜਾਬ ਵੰਡਿਆ, ਜਿਹਨੂੰ ਆਪਾਂ ਪੰਜਾਬ ਰੀਆਰਗੇਨਾਈਜ਼ੇਸ਼ਨ ਐਕਟ ਕਹਿੰਦੇ ਆ, ਪੰਜਾਬ ਮੁੜ ਹੱਕਬੰਦੀ ਕਾਨੂੰਨ ਜੀ, ਉਹਦੇ ਵਿੱਚ ਇਹਨਾਂ ਨੇ ਉਹ ਧਰਾਵਾਂ ਪਾਈਆਂ ਜਿਹਦੇ ਵਿੱਚ ਪੰਜਾਬ ਦਾ ਪਾਣੀ ਵੰਡ ਦਿੱਤਾ ਗਿਆ। ਭਾਖੜਾ ਡੈਮ ਦੀ ਮਾਲਕੀ ਆ ਜਿਹੜੀ ਉਹ ਕੇਂਦਰ ਨੇ ਆਪਦੇ ਕੋਲੇ ਸਾਂਭ ਲਈ, ਚੰਡੀਗੜ੍ਹ ਉਹ ਆਪਦੇ ਕੰਟਰੋਲ ਜੀ। ਮਾਲੀ ਸਾਹਿਬ ਇਹ ਗੱਲ ਜਿਹੜੀ ਹੈ ਇਹ ਕਿਸਾਨਾਂ ਨੂੰ ਅੱਜ ਤੱਕ ਸਮਝ ਕਿਉਂ ਨਹੀਂ ਆਈ, ਕਿਸਾਨਾਂ ਨੇ ਇਹਦਾ ਹੱਲ ਕਿਉਂ ਨਹੀਂ ਕਢਾਇਆ? ਖੇਤੀ ਸੰਕਟ ਦੇ ਨਾਲ ਨਾਲ ਪਾਣੀ ਦਾ ਸੰਕਟ ਵੀ ਚੱਲਦਾ ਆਇਆ। ਕਈ ਜਥੇਬੰਦੀਆਂ, ਤੁਸੀਂ ਵੀ ਕਈ ਵਾਰੀ ਕਮੈਂਟ ਕੀਤਾ ਕਿ ਕੁਝ ਜਥੇਬੰਦੀਆਂ ਜਿਵੇਂ ਆਪਾਂ ਉਗਰਾਹਾਂ ਵਾਲਿਆਂ ਦੀ ਤੁਸੀਂ ਐਗਜ਼ਾਮਪਲ ਦੇ ਦਿੰਦੇ ਹੋ ਕਿ ਉਹ ਪਾਣੀ ਦੇ ਸੰਕਟ ਨੂੰ ਸੰਕਟ ਨਹੀਂ ਮੰਨਦੇ, ਇਹ ਗੱਲ ਸੱਚੀ ਹੈ? ਗੱਲ ਵੀ ਬਿਲਕੁਲ ਸੱਚੀ ਹੈ ਜੀ ਇਹ, ਪਰ ਤੁਸੀਂ ਇਹ ਦੇਖੋ ਨਾ ਜੀ ਜਿਹੜਾ ਅੱਜ ਪੰਜਾਬ ਦਾ ਖੇਤੀ ਸੰਕਟ ਆ, ਇਹਦੇ ਵਿੱਚ ਪਾਣੀ ਦਾ ਸੰਕਟ ਆ ਉਹਦਾ ਬਹੁਤ ਵੱਡਾ ਰੋਲ ਆ। ਪੰਜਾਬ ਦਾ ਪਾਣੀ ਜਿਹੜਾ ਜਿੱਡਾ ਲੁੱਟਿਆ ਗਿਆ, ਪੰਜਾਬ ਵਿਧਾਨ ਸਭਾ ਨੇ ਵੀ ਹੁਣ ਤਾਂ ਇਹ ਮਤੇ ਪਾਸ ਕੀਤੇ ਗਏ ਨੇ, ਉਸ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ। ਤੁਸੀਂ ਇਹ ਦੇਖੋ ਰਣਜੀਤ ਸਾਗਰ ਡੈਮ ਆ ਜਿਹੜਾ ਪਾਣੀ ਦੇ ਆਧਾਰ ਤੇ ਸੀ, ਉਹਨੂੰ ਲਗਾਤਾਰ 30 ਸਾਲ ਲਮਕਾਇਆ, ਉਹਨੂੰ ਲਮਕਾਉਣ ਦੇ ਨਾਲ ਪੰਜਾਬ ਚ ਥਰਮਲ ਗੱਡਣ ਦੀ ਨੀਤੀ ਲਿਆਂਦੀ, ਜਿਹਨੂੰ ਬਾਦਲ ਸਾਹਿਬ ਬੜੇ ਮਾਣ ਨਾਲ ਕਹਿੰਦੇ ਨੇ ਵੀ ਬਠਿੰਡਾ ਥਰਮਲ ਵੀ ਮੇਰੇ ਰਾਜ ਚ ਬਣਿਆ ਜੀ, ਆਪਣਾ ਰੋਪੜ ਥਰਮਲ ਵੀ ਮੇਰੇ ਰਾਜ ਚ ਬਣਿਆ ਜੀ, ਲਹਿਰਾ ਬੇਗਾ ਲਹਿਰਾ ਮੁਹੱਬਤ ਵਾਲਾ ਜਿਹੜਾ ਥਰਮਲ ਆ ਉਹ ਵੀ ਮੇਰੇ ਰਾਜ ਦੇ ਵਿੱਚ ਬਣਿਆ ਜੀ। ਇਸੇ ਦੌਰਾਨ ਬਿਜਲੀ ਦੀਆਂ ਮੋਟਰਾਂ ਦੇ ਕਨੈਕਸ਼ਨ ਵੱਡੀ ਪੱਧਰ ਤੇ ਦੇਤੇ, ਜਿਹੜਾ ਪ੍ਰਚਲਿਤ ਸਿੰਚਾਈ ਸਿਸਟਮ ਸੀ ਉਹਦੇ ਨਾਲ ਇੱਕ ਸੌਖਾ ਸਾਧਨ ਮੁਹੱਈਆ ਕਰਤਾ, ਜਿੰਨਾ ਪਾਣੀ ਅਸੀਂ ਵਰਤਦੇ ਸੀ ਸਿੰਚਾਈ ਲਈ ਉਹ ਵਰਤੋਂ ਵੀ ਪੰਜਾਬ ਹਟ ਗਿਆ। ਹੁਣ ਤੁਸੀਂ ਦੇਖੋ ਕੋਲੇ ਦਾ ਸੰਕਟ, ਬਿਜਲੀ ਦਾ ਸੰਕਟ, ਮੋਟਰਾਂ ਨੇ ਜਿਹੜੀਆਂ ਹੁਣ ਤੁਸੀਂ ਦੇਖ ਲਓ 400-400 ਫੁੱਟ ਤੋਂ ਹੇਠਾਂ ਪਾਣੀ ਕੱਢ ਰਹੀਆਂ ਨੇ। 5 ਪਾਵਰ ਦੀਆਂ ਮੋਟਰਾਂ ਖਤਮ ਹੋ ਗਈਆਂ, 20-20 ਪਾਵਰ ਦੀਆਂ ਮੋਟਰਾਂ, ਲੱਖਾਂ ਰੁਪਏ ਦੇ ਬੋਰ ਡੂੰਘੇ ਦੇ ਉਹ ਚੱਲ ਰਹੇ ਨੇ। ਕਿਸਾਨ ਬਿਜਲੀ ਫ੍ਰੀ ਖਾਤਰ, ਮੋਟਰ ਦਾ ਲੋਡ ਵਧਾਉਣ ਖਾਤਰ, ਪੈਸੇ ਨਾ ਲੱਗਣ ਉਹਨਾਂ ਖਾਤਰ ਤਾਂ ਲੜਦਾ, ਪਰ ਇਹ ਸਾਨੂੰ ਸਾਰੇ ਕਾਸੇ ਦੀ ਲੋੜ ਕਿਉਂ ਪਈ? ਆਪਦਾ ਪਾਣੀ ਆ ਜਿਹੜਾ ਬਾਹਰ ਕਿਉਂ ਜਾ ਰਿਹਾ? ਜੇ ਜਾ ਰਿਹਾ ਉਹਦੀ ਕੀਮਤ ਵਸੂਲਣ ਵੱਲ ਅਸੀਂ ਸੋਚੀਏ, ਇਸ ਪਾਸੇ ਕੋਈ ਜਥੇਬੰਦੀ ਸੋਚਣ ਨੂੰ ਤਿਆਰ ਨਹੀਂ ਹੈ। ਪਰ ਅੱਜ ਕੱਲ੍ਹ ਜਥੇਬੰਦੀਆਂ ਜਿਹੜੀਆਂ ਹੈ ਉਹ ਇਸ ਸਭ ਦੇ ਵਿਚਾਲੇ, ਕਿਸਾਨ ਅੰਦੋਲਨ ਦੇ ਵਿਚਾਲੇ ਗੱਲ ਪਾਕਿਸਤਾਨ ਦੀ ਛਿੜ ਜਾਂਦੀ ਹੈ ਕਿ ਜੇ ਸਾਡਾ ਸਰਹੱਦਾਂ ਖੁੱਲ੍ਹ ਜਾਣ ਜਾਂ ਸਾਡਾ ਵਪਾਰ ਖੁੱਲ੍ਹ ਜਾਵੇ, ਜਿਵੇਂ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਜਾ ਕੇ ਸਰਹੱਦ ਦੇ ਉੱਤੇ ਇੱਕ ਮੋਰਚਾ ਲਾਇਆ, ਉੱਥੇ ਜਾ ਕੇ ਕਿਤੇ ਰੈਲੀ ਕਰਕੇ ਸੰਕੇਤ ਜਿਹੜਾ ਐਲਾਨ ਕੀਤਾ ਕਿ ਖੁੱਲ੍ਹਣਾ ਚਾਹੀਦਾ, ਸਾਰੇ ਇਹ ਗੱਲ ਕਹਿ ਰਹੇ ਨੇ ਕਿ ਖੁੱਲ੍ਹਣਾ ਚਾਹੀਦਾ। ਤੁਹਾਨੂੰ ਕੀ ਲੱਗਦਾ ਕਿ ਇਹਦੇ ਨਾਲ ਫਾਇਦਾ ਕਿੱਥੇ ਹੁੰਦਾ ਤੇ ਨੁਕਸਾਨ ਕਿੱਥੇ ਹੁੰਦਾ? ਇਹਦੇ ਵਿੱਚ ਗੱਲ ਤਾਂ ਉਹੀ ਆ ਨਾ ਜੀ, ਸਾਡੇ ਇਤਿਹਾਸ ਨਾਲ ਜੁੜਦੀ ਆ। ਸਾਡਾ ਇੱਕ ਦੇਸ਼ ਪੰਜਾਬ ਸੀ ਜਿਹੜਾ 1849 ਚ ਗੁਲਾਮ ਕੀਤਾ, ਅਸੀਂ ਸਾਨੂੰ ਇਹੋ ਜਿਹਾ ਭਟਕਾਇਆ 45 ਤੋਂ, ਅਸੀਂ ਉਹਨੂੰ ਆਜ਼ਾਦ ਕਰਾਉਣ ਦੀ ਥਾਂ ਸਾਰੇ ਪੰਜਾਬੀ ਸਾਡੇ ਗੱਲ ਭਾਰਤ ਮਾਤਾ ਨੂੰ ਆਜ਼ਾਦ ਕਰਾਉਣ ਦੀ ਲੜਾਈ ਪਾਤੀ। ਉਸ ਤੋਂ ਬਾਅਦ ਹੋਇਆ ਕੀ ਕਿ ਪਾਕਿਸਤਾਨ ਨਾਲ ਇੱਕ ਦੁਸ਼ਮਣੀ ਵਾਲਾ ਰਵੱਈਆ ਜਿਹੜਾ ਉਹ ਭਾਰਤ ਸਰਕਾਰ ਨੇ ਖੜਾ ਕਰ ਲਿਆ ਜੀ। ਉਹ ਦੁਸ਼ਮਣੀ ਵਾਲੇ ਰਵੱਈਏ ਦੇ ਵਿੱਚੋਂ ਹਮੇਸ਼ਾ ਇਹ ਗੱਲ ਆਉਂਦੀ ਆ, ਕਿਉਂਕਿ ਜਿਹੜਾ ਭਾਰਤ ਦਾ ਭਾਰਤ ਕਦੇ ਵੀ ਇੱਕ ਦੇਸ਼ ਨਹੀਂ ਰਿਹਾ, ਜਿਹੜੀ ਸਮਝਣ ਵਾਲੀ ਗੱਲ ਆ। ਬਹੁਤ ਸਾਰੇ ਦੇਸ਼ਾਂ ਨੂੰ ਇਕੱਠੇ ਕਰਕੇ ਇੰਡੀਆ ਬਣਾਇਆ ਸੀ ਅੰਗਰੇਜ਼ਾਂ ਨੇ। ਸੰਵਿਧਾਨ ਜਦੋਂ ਬਣਿਆ ਉਦੋਂ ਜਿਹੜੀ ਦੂਜੀ ਲਾਬੀ ਸੀ ਭਾਰਤੀ ਰਾਸ਼ਟਰਵਾਦੀ ਵਾਲੀ, ਉਹਨੇ ਇੰਡੀਆ ਦੇ ਨਾਲ ਭਾਰਤ ਪਵਾਇਆ, ਇੰਡੀਆ ਭਾਰਤ ਇਜ਼ ਏ ਯੂਨੀਅਨ ਆਫ ਸਟੇਟਸ। ਉਸ ਤੋਂ ਬਾਅਦ ਲਗਾਤਾਰ ਪਾਕਿਸਤਾਨ ਦੇ ਨਾਲ ਇੱਕ ਦੁਸ਼ਮਣੀ ਖੜੀ ਕਰਕੇ ਭਾਰਤੀ ਰਾਸ਼ਟਰਵਾਦ ਲੋਕਾਂ ਦੀਆਂ ਭਾਵਨਾਵਾਂ ਨੇ ਜਿਹੜੀਆਂ ਉਹਨਾਂ ਨੂੰ ਭੜਕਾਇਆ ਜਾ ਰਿਹਾ। ਹੁਣ ਕਿਉਂਕਿ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਵੀ ਖੇਤੀ ਸੰਕਟ ਨਾਲ ਬਾਰਡਰ ਸੰਕਟ ਖੋਲਣ ਦਾ ਕੀ ਤਲਕ ਜੁੜਦਾ, ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਆਪਾਂ ਗੱਲ ਛੱਡ ਦਿੰਦੇ ਹਾਂ, ਕਿਉਂਕਿ ਉਹ ਵੀ ਕਹੀ ਆ ਵੀ ਬਾਬਾ ਨਾਨਕ ਦਾ ਜਿਹੜਾ ਸੰਦੇਸ਼ ਆ ਦੋਹਾਂ ਦੇਸ਼ਾਂ ਦੇ ਵਿੱਚ ਆਪਸੀ ਸਾਂਝ, ਅਮਨ ਸ਼ਾਂਤੀ ਤੇ ਵਪਾਰ ਹੋਵੇ। ਨਵਜੋਤ ਸਿੰਘ ਸਿੱਧੂ ਨੇ ਵੀ ਇਹ ਗੱਲ ਉਸ ਮੌਕੇ ਉਭਾਰੀ ਸੀ। ਹੁਣ ਜਿਹੜਾ ਪੰਜਾਬ ਦੇ ਸਿਰ ਖੇਤੀ ਮਾਡਲ ਮੜਿਆ, ਇਹ ਦੇਖੋ ਪੰਜਾਬ ਦੀ ਤਾਂ ਲੋੜ ਹੈ ਨਹੀਂ ਸੀ ਜੀ। ਪੰਜਾਬ ਤਾਂ ਚੰਗਾ ਭਲਾ ਹੱਸਦਾ ਵੱਸਦਾ ਸੀ, ਕੁਦਰਤੀ ਖੇਤੀ ਹੋ ਰਹੀ ਸੀ, ਸਵੈ ਨਿਰਭਰ ਸੀ, ਇੱਕ ਦੇਸ਼ ਦੀ ਲੋੜ ਸੀ, ਦੇਸ਼ ਦੀ ਭੁੱਖ ਦੂਰ ਕਰਨ ਦੀ ਲੋੜ ਸੀ। ਉਹਦਾ ਪੰਜਾਬ ਨੂੰ ਇੱਕ ਸੈਂਟਰ ਬਣਾਇਆ ਗਿਆ, ਹਰਾ ਇਨਕਲਾਬ ਇੱਥੇ ਲਾਗੂ ਕੀਤਾ। ਉਸ ਹਰੇ ਇਨਕਲਾਬ ਨੇ ਜਿਹੜਾ ਸਾਡੇ ਗੁਰੂ ਦਾ ਸੰਦੇਸ਼ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦੂਜਾ ਸੰਦੇਸ਼ ਸੀ ਬਾਰ ਪਰਾਏ ਬੈਸਣਾ ਸਾਈ ਮੋਜਨਾ ਦੇ, ਇਹਨਾਂ ਦੋਹਾਂ ਗੱਲਾਂ ਤੋਂ ਸਾਨੂੰ ਤੋੜਤਾ, ਵਿਛੋੜਤਾ, ਸਾਡਾ ਪੌਣ ਪਾਣੀ ਧਰਤੀ ਤਬਾਹ ਹੋ ਗਈ। ਇਹ ਬਹੁਤ ਵਾਰੀ ਗੱਲ ਹੋ ਚੁੱਕੀ ਆ ਖਾਦਾਂ ਨਾਲ ਜੀ, ਸਾਰੇ ਕਾਸੇ ਦੇ ਨਾਲ। ਦੂਜਾ ਸਾਡੀ ਨਿਰਭਰਤਾ ਬਣਾਤੀ ਭਾਰਤ ਦੇ ਉੱਤੇ, ਜੋ ਮਾਡਲ ਆ ਜਿਹੜਾ ਉਹਨਾਂ ਨੇ ਸਾਡੀ ਕਣਕ ਝੋਨਾ ਖਰੀਦਣਾ, ਉਹਨਾਂ ਨੇ ਇਹਦਾ ਮੁੱਲ ਤੈਅ ਕਰਨਾ, ਜੋ ਸਾਨੂੰ ਬਿਜਲੀ ਦੀ ਲੋੜ ਆ, ਕੋਲੇ ਦੀ ਲੋੜ ਆ, ਥਰਮਲ ਕੱਢ ਕੇ, ਉਹ ਤੇ ਸਾਨੂੰ ਫਿਰ ਨਿਰਭਰ ਕਰਤਾ ਵੀ ਉਹਦੇ ਬਿਨਾਂ ਤੁਹਾਡਾ ਨਹੀਂ ਸਰਦਾ। ਹੁਣ ਪੰਜਾਬ ਲਈ ਵੀ ਇਹ ਖੇਤੀ ਮਾਡਲ ਬਦਲਣ ਦੀ ਲੋੜ ਆ। ਜੇ ਖੇਤੀ ਮਾਡਲ ਬਦਲਣਾ
ਤੇਰਾ ਵਾਰ ਤੁਹਾਨੂੰ ਝੋਨੇ ਤੋਂ ਛੁਟਕਾਰਾ ਪਾਉਣਾ ਪਊ, ਦੂਜੀਆਂ ਫਸਲਾਂ ਨੇ ਜਿਹੜੀਆਂ ਬੀਜਣੀਆਂ ਪੈਣਗੀਆਂ ਜੀ, ਜਿਹਦੇ ਵਿੱਚ ਬਾਸਮਤੀ ਵੀ ਆਉਂਦੀ ਆ, ਜਿਹਦੇ ਵਿੱਚ ਆਲੂ ਵੀ ਆਉਂਦੇ ਨੇ, ਤੇਲ ਤੇਲ ਵਾਲੀਆਂ ਫਸਲਾਂ ਵੀ ਆਉਂਦੀਆਂ ਨੇ, ਦਾਲਾਂ ਵਾਲੀਆਂ ਫਸਲਾਂ ਵੀ ਆਉਂਦੀਆਂ ਨੇ, ਦੂਜਾ ਰਸੋਈ ਵਾਲੀਆਂ ਗੰਢੇ ਮਟਰ ਟਮਾਟਰ ਹੋਰ ਇਹ ਸਾਰੇ ਆਉਂਦੇ ਨੇ। ਹੁਣ ਉਹਨਾਂ ਦੀ ਮੰਡੀ ਆ ਜਿਹੜੀ ਉਹ ਅਰਬ ਦੇਸ਼ਾਂ ਤੱਕ ਬਹੁਤ ਖੁੱਲੀ ਆ। ਹੁਣ ਕਿਉਂਕਿ ਇਹ ਮਾਡਲ ਤਾਂ ਬਦਲਣਾ ਚਾਹੁੰਦੇ ਨੇ, ਇਹ ਹੋਰ ਤਰ੍ਹਾਂ ਬਦਲਣਾ ਚਾਹੁੰਦੇ ਵੀ ਆਪਣੇ ਆਪ ਬਦਲੋ, ਇਹ ਤਾਂ ਸਮਾਂ ਤੇ ਜਿਹੜੀ ਸਾਨੂੰ MSP ਦਿੱਤੀ ਜਾ ਰਹੀ ਆ, ਜਿਹੜੀ ਦੇਸ਼ ਦੀ ਲੋੜ ਆ, ਦੇਸ਼ ਨੂੰ ਅੰਨ ਦੀ ਲੋੜ ਆ, ਉਹਦੀ ਖਾਤਰ ਦਿੱਤੀ ਜਾ ਰਹੀ ਸੀ, ਇਹ ਤਾਂ ਉਹ ਤੋਂ ਹੱਥ ਪਿੱਛੇ ਖਿੱਚਣਾ ਚਾਹੁੰਦੇ ਆ ਜੀ। ਤੇ ਇਹਦੀਆਂ ਬਦਲਵੀਆਂ ਫਸਲਾਂ ਦਾ ਨਾ MSP ਤੈਅ ਕਰਨਾ ਚਾਹੁੰਦੇ ਆ, ਨਾ ਉਹਦਾ ਮੰਡੀਕਰਨ ਕਰਨਾ ਚਾਹੁੰਦੇ ਆ। ਉਹਦੇ ਲਈ ਕੰਟਰੈਕਟ ਖੇਤੀ ਵਾਲਾ ਫਾਰਮੂਲਾ ਸਾਹਮਣੇ ਲਿਆਂਦਾ, ਕੰਟਰੈਕਟ ਖੇਤੀ ਦੀਆਂ ਜਿਹੜੀਆਂ ਸਾਰੀਆਂ ਸ਼ਰਤਾਂ ਨੇ ਉਹ ਕੰਪਨੀਆਂ ਦੇ ਹੱਕ ਚ ਨੇ, ਕਿਸਾਨਾਂ ਚ ਵਿਰੁੱਧ ਨੇ, ਉਹ ਤੇ ਫੋਕਸ ਨਹੀਂ ਹੋਣ ਦੇ ਰਹੇ ਜੀ। ਹੁਣ ਜੇ ਇਹ ਬਾਰਡਰ ਖੁੱਲੇ ਤਾਂ ਜਿਹੜੀਆਂ ਕੰਟਰੈਕਟ ਖੇਤੀ ਦੀਆਂ ਫਸਲਾਂ ਬਹੁ ਕੌਮੀ ਕੰਪਨੀਆਂ ਸਾਤੋਂ ਕਰਾਉਣੀਆਂ ਚਾਹੁੰਦੀਆਂ ਨੇ, ਉਹਦੀ ਖੁੱਲੀ ਮਾਰਕੀਟ ਚ ਭਾਵ ਦੇ, ਫਿਰ ਉਹਨਾਂ ਨਾਲ ਸਮਝੌਤੇ ਅਸੀਂ ਉਹ ਨਾ ਕਰੀਏ ਜਿਹੜੇ ਸਾਨੂੰ ਕਰਨ ਲਈ ਮਜਬੂਰ ਹੋਣਾ ਪਊ, 5 ਰੁਪਏ ਕਿਲੋ 7 ਰੁਪਏ ਕਿਲੋ। ਇਹ ਇਸ ਕਰਕੇ ਇਹ ਉਹਦਾ ਨਾ MSP ਤੈਅ ਕਰਦੇ ਆ, ਨਾ ਬਾਰਡਰ ਖੋਲਦੇ ਆ, ਤਾਂ ਕਿ ਖੁੱਲੀ ਮੰਡੀ ਚ ਉਹਨਾਂ ਦੀ ਕੀਮਤ ਆ ਜਿਹੜੀ ਉਹ ਅੱਗੇ ਵਧੇ ਜੀ। ਕਿਸਾਨ ਜਥੇਬੰਦੀਆਂ ਵੀ ਇਸ ਮਸਲੇ ਵੱਲ ਧਿਆਨ ਦੇਣ ਨੂੰ ਤਿਆਰ ਨਹੀਂ। ਜਦੋਂ ਸਾਰੀ ਦੁਨੀਆਂ ਦੇ ਵਿੱਚ ਵਪਾਰ ਖੁੱਲਾ, ਪਾਕਿਸਤਾਨ ਨਾਲ ਦਰਿਆਵਾਂ ਰਾਹੀਂ ਤਾਂ ਸਾਰਾ ਵਪਾਰ ਹੋ ਰਿਹਾ, ਪਰ ਸਿੱਧਾ ਟਰੱਕਾਂ ਰਾਹੀਂ ਆਵਾਜਾਈ ਰਹੀ ਕਿਉਂ ਨਹੀਂ ਹੋ ਰਿਹਾ ਜੀ? ਇਹ ਬਾਰਡਰ ਖੁੱਲੇ ਤਾਂ ਸਾਡੀਆਂ ਚੀਜ਼ਾਂ ਦੇ ਭਾਅ ਵੀ ਵਧਣ, ਝੋਨੇ ਤੋਂ ਸਾਡਾ ਖਹਿੜਾ ਵੀ ਛੁੱਟੇ, ਇੱਥੇ ਵਪਾਰੀਆਂ ਨੇ ਵਪਾਰ ਕਰਨਾ, ਵਪਾਰੀਆਂ ਨੂੰ ਫਾਇਦਾ ਹੋਊ, ਮਜ਼ਦੂਰਾਂ ਨੂੰ ਵੀ ਫਾਇਦਾ ਹੋਊ, ਟਰਾਂਸਪੋਰਟਰਾਂ ਨੂੰ ਵੀ ਫਾਇਦਾ ਹੋਊ, ਸਾਰਾ ਸੁਪਰ ਸਟਰਕਚਰ ਇੱਥੇ ਉਸਰਨਾ, ਫਿਰ ਜੇ ਵਪਾਰ ਖੁੱਲੇ। ਖੇਤੀ ਸੰਕਟ ਕਿਉਂ ਪੈਦਾ ਹੋਇਆ, ਇਹਦਾ ਹੱਲ ਕੀ ਆ, ਇਹਨੂੰ ਸਮਝਣ ਨੂੰ ਤਿਆਰ ਨੀ। ਸਿਰਫ ਇੱਕ ਗੱਲ ਕਹਿੰਦੇ ਨੇ, ਕਾਨੂੰਨ ਰੱਦ ਕਰ ਦੋ। ਕਾਨੂੰਨਾਂ ਦੇ ਪਿੱਛੇ ਕੋਈ ਸਿਆਸਤ ਆ, ਕਾਨੂੰਨ ਕਿਸੇ ਸਿਆਸਤ ਨੂੰ ਰੀਪ੍ਰਜੈਂਟ ਕਰਦੇ ਨੇ, ਉਹ ਤਾਕਤਾਂ ਦਾ ਕੇਂਦਰੀਕਰਨ। ਖੇਤੀ ਜਿਹੜੀ ਰਾਜਾਂ ਦਾ ਮਸਲਾ, ਅੱਡ ਅੱਡ ਫਸਲਾਂ ਹੁੰਦੀਆਂ, ਅੱਡ ਅੱਡ ਤਰ੍ਹਾਂ ਦੀ ਮੰਡੀ ਆ, ਅੱਡ ਅੱਡ ਤਰ੍ਹਾਂ ਉਹ ਹੁੰਦਾ, ਉਹ ਹੁਣ ਸੈਂਟਰ ਨੇ ਸਾਰੀਆਂ ਆਪਣੇ ਕਬਜ਼ੇ 'ਚ ਲੈ ਲਈਆਂ ਜੀ। ਕਾਰਪੋਰੇਟ ਨੂੰ ਅਧਿਕਾਰ ਦਿੱਤਾ ਵੀ ਕਿੱਥੇ ਖੇਤੀ ਕਿਹੜੀ ਕਰਾਉਣੀ ਆ, ਕਹੀ ਜੀ ਕਰਾਉਣੀ ਆ, ਕਿਵੇਂ ਕਰਾਉਣੀ ਆ, ਤੇ ਉਹ ਕਿਹੜੇ ਭਾਅ ਵੇਚਣੀ ਆ। ਅਸਲ ਦੇ ਵਿੱਚ ਇਹ ਸਾਰਾ ਸਿਸਟਮ ਆ ਜਿਹੜਾ ਖੁਦਰਾ ਮੰਡੀ ਤੇ ਕੰਟਰੋਲ ਦਾ ਸਿਸਟਮ ਆ, ਜਿਹਨੇ ਮੁੜ ਕੇ ਮੁਲਕ ਦੀ ਰਸੋਈ 'ਚ ਅੱਗ ਲਾਉਣੀ ਆ। ਉਹਨਾਂ ਨੂੰ ਖੁੱਲ ਦੇ ਤਾ ਵੀ ਤੁਸੀਂ ਆਲੂ ਜਮ੍ਹਾਂ ਕਰ ਲਓ, ਤੁਸੀਂ ਤੇਲ ਭੰਡਾਰ ਜਮ੍ਹਾਂ ਕਰ ਲਓ, ਤੁਸੀਂ ਦਾਲਾਂ ਜਮ੍ਹਾਂ ਕਰ ਲਓ, ਜੋ ਚੀਜ਼ਾਂ ਗੰਢੇ ਜਮ੍ਹਾਂ ਕਰ ਲਓ, ਜਦੋਂ ਮਰਜ਼ੀ ਜਿਹੜੇ ਭਾਅ ਮਰਜ਼ੀ ਵਿੱਚ। ਪਰ ਮਾਲੀ ਸਾਹਿਬ, ਇੱਥੇ ਇਹ ਮਸਲਾ ਵੀ ਬੜਾ ਸਭ ਪਾਸੇ ਜਿਹੜਾ ਉਹ ਚਰਚਾ ਦੇ ਵਿੱਚ ਹੈ ਕਿ ਕਿਸਾਨ ਜਿਹੜੇ ਨੇ, ਹੁਣ ਸਾਡੀ ਕਿਸਾਨਾਂ ਨਾਲ ਗੱਲ ਹੋਈ, ਕਿਸਾਨ ਜਥੇਬੰਦੀਆਂ ਦੇ ਆਗੂ ਬੂਟਾ ਸਿੰਘ ਜਿਹੜੇ ਬੁਰਜਗਿੱਲ ਨੇ, ਉਹਨਾਂ ਨਾਲ ਗੱਲਬਾਤ ਹੋਈ, ਉਹ ਕਹਿੰਦੇ ਵੀ ਕਿਸਾਨ ਇਸ ਮਸਲੇ ਵਿੱਚ ਖੇਤੀ ਕਾਨੂੰਨ ਜਿਹੜੇ ਉਹ ਤੁਸੀਂ ਰੱਦ ਕਰ ਦੋਗੇ ਤਾਂ ਸਾਨੂੰ ਸਵਾਮੀਨਾਥਨ ਕਮਿਸ਼ਨ ਰਿਪੋਰਟ ਦੀ ਹੁਣ ਲੋੜ ਨਹੀਂ। ਕੀ ਲੱਗਦਾ ਹੈ ਕਿ ਇਹ ਗੱਲ ਜਿਹੜੀ ਆ ਉਹ ਵਾਜਬ ਹੈ ਕਿ ਸਵਾਮੀਨਾਥਨ ਕਮਿਸ਼ਨ ਦੀ ਲੋੜ ਨਹੀਂ, ਖੇਤੀ ਕਾਨੂੰਨ ਰੱਦ ਕਰ ਦੋ ਬਸ? ਦੇਖੋ ਜੀ, ਇਹ ਤਾਂ ਬਿਲਕੁਲ ਗਲਤ ਗੱਲ ਆ। ਜਦੋਂ ਪੰਜਾਬ ਦੇ ਹੱਕਾਂ ਲਈ ਅੰਦੋਲਨ ਚੱਲ ਰਿਹਾ ਸੀ, ਉਦੋਂ ਕਿਸਾਨ ਅੰਦੋਲਨ ਆਰਥਿਕ ਮੰਗਾਂ ਲਈ ਚੱਲ ਰਿਹਾ ਸੀ, ਤੇ ਉਦੋਂ ਕਹਿੰਦੇ ਸਾਡੇ ਖੇਤੀ ਜਿਣਸਾਂ ਦੇ ਭਾਅ ਤੁਸੀਂ ਕੀਮਤ ਸੂਚਕਾਂਕ ਨਾਲ ਜੋੜੋ, ਫਿਰ ਸਵਾਮੀਨਾਥਨ ਨਾਲ ਜੋੜਨ ਦੀ ਗੱਲ ਹੋਈ ਸੀ। ਹੁਣ ਜਦੋਂ ਉਹਨਾਂ ਨੇ ਜਿਹੜੀ ਅਸੀਂ ਕਹਿੰਦੇ ਆ MSP ਨੇ ਸਾਡੇ ਪੰਜਾਬ 'ਚ ਖੁਦਕਸ਼ੀਆਂ ਦੀ ਖੇਤੀ ਕਰਨ ਲਾ ਤੀ, ਜਿਹੜੀ MSP 85% ਲੋਕਾਂ ਤੇ ਲਾਗੂ ਨਹੀਂ ਹੁੰਦੀ, ਉਹਨਾਂ ਨੂੰ ਉਹ ਭਾਅ ਨਹੀਂ ਦਿੱਤੇ ਜਾ ਰਹੇ। ਤੁਸੀਂ ਦੇਖ ਲਓ ਬਿਹਾਰ ਚੋਂ ਤੇ ਕਿਵੇਂ ਟਰੱਕ ਝੋਨੇ ਦੇ ਇੱਥੇ ਆ ਰਹੇ ਨੇ ਪੰਜਾਬ ਦੇ ਵਿੱਚ 11-12 ਸੌ ਰੁਪਏ ਕੁਇੰਟਲ ਲੈ ਕੇ, ਉਹ MSP ਪੰਜਾਬ ਦਾ ਡੰਗ ਕਿਵੇਂ ਸਾਰ ਦੂ? ਉਹ MSP ਜਿਹੜੀ ਸਵਾਮੀਨਾਥਨ ਦਾ ਬਦਲ ਕਿਵੇਂ ਬਣ ਜੂ? ਸਵਾਮੀਨਾਥਨ ਨੇ ਵੀ ਪੰਜਾਬ ਦਾ ਡੰਗ ਨਹੀਂ ਸਾਰਨਾ, ਮੇਰੇ ਤਾਂ ਪਹਿਲਾਂ ਤੋਂ ਇਹ ਵਿਚਾਰ ਆ, ਕਿਉਂਕਿ ਜਿਹੜੀ MSP ਉਹ ਤੈਅ ਕੀਤੀ ਜਾਂਦੀ ਹੈ ਮੁਲਕ ਪੱਧਰ ਤੇ ਔਸਤ ਤੇ, ਔਸਤ ਦੇ ਵਿੱਚ ਪੰਜਾਬ ਦੀ ਕੋਸਟ ਆਫ ਪ੍ਰੋਡਕਸ਼ਨ ਬਹੁਤ ਜ਼ਿਆਦਾ ਆ, ਇਹ ਉਸ ਤਰ੍ਹਾਂ ਮਾਰ ਦਿੰਦੇ ਨੇ MSP ਦੇ ਕੇ, ਦੂਜੇ ਮੁਲਕ ਦੇ ਕਿਸਾਨਾਂ ਨੂੰ MSP ਨਾ ਦੇ ਕੇ ਮਾਰ ਦਿੰਦੇ ਨੇ। ਇਸ ਕਰਕੇ ਫੈਡਰਲ ਢਾਂਚੇ ਦੇ ਅਨੁਸਾਰ ਹੀ ਇਹ ਸਾਰੇ ਅਧਿਕਾਰ ਖੇਤੀ ਦੇ ਰਾਜਾਂ ਦੇ ਕੋਲੇ ਹੋਣੇ ਚਾਹੀਦੇ, ਰਾਜਾਂ ਨੂੰ ਇਹ ਤੈਅ ਕਰਨਾ ਚਾਹੀਦਾ ਵੀ ਕਿਹੜੀ ਫਸਲ ਕਿੰਨੀ ਲੋੜ ਆ, ਸਾਨੂੰ ਕਿੰਨੀ ਲੋੜ ਆ, ਬਾਹਰਲੇ ਰਾਜਾਂ ਨੂੰ ਕਿਹੜੀ ਚੀਜ਼ ਦੀ ਕਿੰਨੀ ਲੋੜ ਆ, ਉਹ ਚਾਹੇ ਸੈਂਟਰ ਰਾਹੀਂ ਤੈਅ ਕਰਨ ਜਾਂ ਰਾਜਾਂ ਨਾਲ ਸਿੱਧੇ ਤੈਅ ਕਰਨ, ਤੇ ਸਾਡੀ ਜਿਹੜੀਆਂ ਖੇਤੀ ਜਿਣਸਾਂ ਨੇ ਉਹਨਾਂ ਦਾ ਬਾਹਰ ਕਿੰਨਾ ਵਪਾਰ ਹੋ ਸਕਦਾ, ਉਹ ਚਾਹੇ ਮਾਰਕਫੈਡ ਰਾਹੀਂ ਕਰਨ, ਵੇਅਰ ਹਾਊਸ ਰਾਹੀਂ ਕਰਨ, ਸਰਕਾਰ ਸੂਬਾ ਆਪਦੇ ਰਾਹੀਂ ਕਰੇ, ਉਧਰਲੇ ਪਾਸੇ ਜਦੋਂ ਸੋਚਣ ਦੀ ਲੋੜ ਆ, ਇਹਨੂੰ ਆਪਾਂ ਫੈਡਰਲ ਅਪਰੋਚ ਕਹਿੰਦੇ ਆ। ਇਸ ਪਾਸੇ ਕਿਸਾਨ ਜਥੇਬੰਦੀ ਕੋਈ ਵੀ ਤੁਰਨ ਨੂੰ ਤਿਆਰ ਨਹੀਂ, ਕੋਈ ਵੀ ਸੋਚਣ ਨੂੰ ਤਿਆਰ ਨਹੀਂ, ਇਸ ਕਰਕੇ ਨਾ ਤਾਂ ਉਹ ਸਹੀ ਤਸਵੀਰ ਪੇਸ਼ ਕਰ ਰਿਹਾ ਪੰਜਾਬ ਦਾ ਸੰਕਟ ਕੀ ਆ ਤੇ ਕਿਉਂ ਆ,
ਜੀ ਨਾ ਉਹ ਸਹੀ ਤਸਵੀਰ ਇਹ ਪੇਸ਼ ਕਰ ਰਿਹਾ ਵੀ ਇਹ ਜਿਹੜੇ ਬਿੱਲ ਨੇ ਇਹ ਕਿਵੇਂ ਘਾਤਕ ਨੇ, ਜਿਹੜੀਆਂ ਗੱਲਾਂ ਉਹ ਦੱਸ ਰਹੇ ਨੇ ਉਹਨਾਂ ਤੋਂ ਵਾਲੀਆਂ ਸੱਚੀਆਂ ਹੈ ਨੀ, ਤੇ ਜਿੰਨੀਆਂ ਕੁ ਦੱਸ ਰਹੇ ਨੇ ਇਹ ਬਿੱਲ ਤਾਂ ਉਹਨਾਂ ਨਾਲੋਂ 100 ਗੁਣਾ ਵੱਧ ਖਤਰਨਾਕ ਹੈ ਪੰਜਾਬ ਲਈ ਤੇ ਦੇਸ਼ ਲਈ ਵੀ। ਬੜੇ ਨੁਕਤੇ ਇਹੋ ਜਿਹੇ ਨੇ ਜਿੱਥੇ ਕਿਸਾਨਾਂ ਦੀ ਆਪਸ ਵਿੱਚ ਸਹਿਮਤੀ ਨਹੀਂ ਬਣਦੀ, ਤੇ ਜਦੋਂ ਫੈਡਰਲਵਾਦ ਦੀ ਗੱਲ ਹੁੰਦੀ ਹੈ ਤਾਂ ਕਿਸਾਨਾਂ ਦੇ ਵਿੱਚੋਂ ਕਿਤੇ ਨਾ ਕਿਤੇ ਕਹਿ ਦਿੰਦੇ ਨੇ ਕਿ ਸਾਨੂੰ ਇਸ ਬਾਰੇ ਜਾਂ ਤਾਂ ਉਹਨਾਂ ਨੂੰ ਬਹੁਤਾ ਪਤਾ ਨਹੀਂ ਜਾਂ ਉਹ ਚਾਹੁੰਦੇ ਨਹੀਂ ਕਿ ਇਹ ਲਾਗੂ ਹੋਏ। ਫੈਡਰਲਵਾਦ ਦਾ ਕਿਸਾਨਾਂ ਨਾਲ ਕੀ ਲੈਣਾ ਦੇਣਾ ਇਹ ਕਿਸਾਨ ਵੀ ਸਵਾਲ ਪੁੱਛਦੇ ਹੋਣੇ। ਦੇਖੋ ਜੀ, ਜਿਹੜੇ ਦੋਹਾਂ ਕਿਸਾਨ ਯੂਨੀਅਨ ਨੇ ਪਿਛਲੀ ਮੀਟਿੰਗ 'ਚ ਮੁਨਰਨਾਮ ਦਿੱਤੇ ਨੇ ਉਹਦੇ ਵਿੱਚ ਵਾਰ ਵਾਰ ਲਿਖਿਆ ਵੀ ਇਹ ਰਾਜਾਂ ਦੇ ਹੱਕਾਂ ਤੇ ਛਾਪਾ, ਰਾਜਾਂ ਦੇ ਹੱਕਾਂ ਤੇ ਛਾਪਾ, ਪਰ ਇਹਨੂੰ ਇਹ ਆਪਣੇ ਪ੍ਰਚਾਰ ਦਾ ਮੁੱਦਾ ਨਹੀਂ ਇੱਥੇ ਬਣਾਉਂਦੇ, ਰਾਜਾਂ ਦੇ ਹੱਕਾਂ ਦਾ ਮੁੱਦਾ ਨਹੀਂ ਬਣਾਉਂਦੇ। ਪੰਜਾਬ ਸਰਕਾਰ ਨੇ ਜਿੰਨਾ ਕੁ ਵੀ ਰਾਜਾਂ ਦੇ ਹੱਕਾਂ ਲਈ ਆਵਾਜ਼ ਉਠਾਈ ਆ, ਕੁਛ ਜਥੇਬੰਦੀਆਂ ਨੇ ਜਿਹੜੀਆਂ ਉਹਦੇ ਹੱਕ 'ਚ ਦੇ ਕਹਿੰਦੀਆਂ ਨੇ ਚੰਗਾ ਕੀਤਾ, ਬਾਕੀ ਜਥੇਬੰਦੀਆਂ ਤਾਂ ਉਹਨਾਂ ਨੂੰ ਵੀ ਮੰਨਣ ਨੂੰ ਤਿਆਰ ਨਹੀਂ ਵੀ ਪੰਜਾਬ ਨੇ ਕੁਛ ਚੰਗੀ ਗੱਲ ਕੀਤੀ ਆ, ਜਾਂ ਪੰਜਾਬ ਦੀ ਵਿਧਾਨ ਸਭਾ ਨੇ ਜਿਹੜੇ ਕਾਨੂੰਨ ਪਾਸ ਕੀਤੇ ਨੇ ਉਹ ਕਿਸਾਨਾਂ ਦੇ ਹੱਕ 'ਚ ਜਾਂਦੇ ਨੇ। ਜੇ ਉਹ ਇਹ ਨਹੀਂ, ਤੁਸੀਂ ਇਹ ਸੋਚੋ ਵੀ ਖੇਤੀ ਦਾ ਵਿਸ਼ਾ ਟੋਟਲ ਰਾਜਾਂ ਦੇ ਹੱਕ 'ਚ ਸੀ ਪਹਿਲਾਂ, ਰਾਜਾਂ ਦੇ ਅਧਿਕਾਰ ਖੇਤਰ 'ਚ ਸੀ, ਹੁਣ ਵੀ ਜਿਹੜੇ 3 ਕਾਨੂੰਨ ਨੇ ਇਹਨਾਂ ਨੇ ਰਾਜਾਂ ਦੇ ਅਧਿਕਾਰ ਤੇ ਛਾਪਾ ਮਾਰਿਆ। ਇਹਨੂੰ ਇਹ ਸਮਝਦੇ ਕਿਉਂ ਨਹੀਂ, ਮੈਨੂੰ ਤਾਂ ਆਪ ਨੀ ਇਹ ਗੱਲ ਸਮਝ ਆਉਂਦੀ। ਇਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ, ਕਿਉਂ ਰਾਜਾਂ ਦਾ ਵਿਸ਼ਾ ਤਾਂ ਸੀ ਇਹ ਜੀ, ਅੱਡ ਅੱਡ ਥਾਂ ਤੇ ਵਾਤਾਵਰਨ ਹੋ ਰਹਾ, ਖੇਤੀ ਦੀ ਉਪਜ ਹੋ ਰਹਾ, ਧਰਤੀ ਦੀ ਕਿਸਮ ਹੋ ਰਹਾ, ਫਸਲਾਂ ਦੀਆਂ ਲੋੜਾਂ ਹੋਰ ਨੇ, ਕਹੋ ਜੀ ਵਾਤਾਵਰਨ ਸਾਡਾ ਹੋ ਰਹਾ, ਮਤਲਬ ਕਿੰਨੀਆਂ ਗੱਲਾਂ ਨੇ। ਮਤਲਬ ਦੂਜਾ ਮੌਨਸੂਨ ਕਿਤੇ ਕਹੀ ਦੀ ਆ, ਕੋਈ ਪਹਾੜੀ ਇਲਾਕਾ, ਮੈਦਾਨੀ ਇਲਾਕਾ, ਰੇਸਲਾ ਇਲਾਕਾ, ਕਿਸੇ ਤਰ੍ਹਾਂ ਦਾ ਇਲਾਕਾ, ਕਿਤੇ ਮੂੰਗੀ ਹੁੰਦੀ ਆ, ਕਿਤੇ ਮਸਰੀ ਹੁੰਦੀ ਆ, ਕਿਤੇ ਚੌਲ ਹੁੰਦੇ ਨੇ, ਅੱਡ ਅੱਡ ਤਰ੍ਹਾਂ ਦੀਆਂ ਸਬ ਜਿਣਸਾਂ ਹੁੰਦੀਆਂ ਨੇ, ਸਬਜ਼ੀਆਂ ਵੀ ਹੁੰਦੀਆਂ ਨੇ, ਹੋਰ ਸਾਰਾ ਕੁਛ ਹੁੰਦਾ। ਇਸ ਕਰਕੇ ਫਿਰ ਉਹ ਰਾਜ ਜਦੋਂ ਇਹਨਾਂ ਦੀ ਵਿਉਂਤਬੰਦੀ ਕਰਨਗੇ ਉਹ ਕੁਦਰਤੀ ਤੌਰ ਤੇ ਗਰਾਊਂਡ ਦੇ ਵੱਧ ਨੇੜੇ ਹੋਊ। ਜੇ ਕੋਈ ਗਲਤੀ ਕਰਨਗੇ ਰਾਜ ਸਰਕਾਰ ਤੇ ਕਿਸਾਨਾਂ ਦਾ ਦਬਾਅ ਵੀ ਚੱਲਦਾ। ਹੁਣ ਵੀ ਦੇਖੋ ਪੰਜਾਬ ਸਰਕਾਰ ਕਿਸਾਨਾਂ ਦੇ ਦਬਾਅ ਮੂਹਰੇ ਕਿਵੇਂ ਕਿਸਾਨਾਂ ਦੀ ਮੰਨਣ ਲਈ ਚੱਲ ਰਹੀ ਆ, ਤੇ ਸੈਂਟਰ ਟਿੱਚ ਕਰਕੇ ਜਾਣ ਰਿਹਾ, ਕੋਈ ਪਰਵਾਹ ਨਹੀਂ ਕਰ ਰਿਹਾ ਕਿਸੇ ਗੱਲ ਦੀ। ਇਸ ਕਰਕੇ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਰਾਜਾਂ ਨੂੰ ਦਿੱਤੇ ਹੋਏ ਅਧਿਕਾਰ ਜਿਉਂ ਜਿਉਂ ਰਾਜਾਂ ਤੋਂ ਅਧਿਕਾਰ ਖੋਹੇ ਜਾਂਦੇ ਨੇ, ਫੈਡਰਲਵਾਦ ਖਤਮ ਹੁੰਦਾ, ਤਿਉਂ ਤਿਉਂ ਮੁਲਕ ਦੇ ਵਿੱਚ ਤਾਨਾਸ਼ਾਹੀ ਆ ਰਹੀ ਆ, ਤਿਉਂ ਤਿਉਂ ਜਮਹੂਰੀਅਤ ਖਤਮ ਹੋ ਰਹੀ ਆ। ਤਾਂ ਹੀ ਇਹ ਗੱਲਾਂ ਸਾਰੀਆਂ ਹੋ ਰਹੀਆਂ ਇਹਨਾਂ ਨੇ ਵੀ ਕਿਵੇਂ ਬਿੱਲ ਲਿਆਂਦੇ, ਕਿਵੇਂ ਪਾਸ ਕਰਾਏ, ਕਿਵੇਂ ਲਾਗੂ ਕੀਤੇ ਜਾ ਰਹੇ ਨੇ। ਇਹ ਫੈਡਰਲਵਾਦ ਨੂੰ ਮੇਸਣ ਕਰਕੇ ਇਹ ਸਾਰਾ ਕੁਛ ਹੋ ਰਿਹਾ। ਫੈਡਰਲਵਾਦ ਦਾ ਮਤਲਬ ਆ ਰਾਜਾਂ ਕੋਲੇ ਤਾਕਤ, ਰਾਜਾਂ ਕੋਲੇ ਤਾਕਤ ਆ ਜਿਹੜੀ, ਜੇ ਅਸੀਂ ਉਦੋਂ ਅੱਗੇ ਚੱਲਣਾ ਚਾਹੀਦਾ ਜਿਹੜਾ ਵੀ ਲੋਕਾਂ ਕੋਲੇ ਤਾਕਤ, ਗ੍ਰਾਮ ਸਭਾ ਕੋਲੇ ਤਾਕਤ, ਲੋਕਾਂ ਦੀ ਫੈਸਲੇ ਕਰਨ ਦੇ ਵਿੱਚ ਭਾਗੀ। ਹੁਣ ਇਹ ਕਹਿੰਦੇ ਨੇ ਸਿਆਸੀ ਪਾਰਟੀਆਂ ਨੂੰ ਨਹੀਂ ਪੁੱਛਿਆ, ਗੱਲ ਤੇ ਹੈ ਵੀ ਇਹਨਾਂ ਨੇ ਕਿਸਾਨਾਂ ਨੂੰ ਵੀ ਨਹੀਂ ਪੁੱਛਿਆ। ਪੰਜਾਬ ਸਰਕਾਰ ਜਿੰਨੇ ਕਾਨੂੰਨ ਬਣਾਉਂਦੀ ਆ ਇਹ ਕਿਹੜਾ ਲੋਕਾਂ ਨੂੰ ਪੁੱਛਦੀ ਆ ਜੀ, ਜਾਂ ਲੋਕਾਂ ਦੀ ਰਾਏ ਲੈਂਦੀ ਆ? ਸੋ ਜਿਹੜੀ ਜਮਹੂਰੀਅਤ ਆ, ਤਾਕਤਾਂ ਦਾ ਵਿਕੇਂਦਰੀ ਕਰਨਾ, ਇਹ ਨਾ ਸਿਰਫ ਰਾਜਾਂ ਤੱਕ ਸਗੋਂ ਪਿੰਡ ਤੱਕ ਜਾਂ ਹਰ ਇੱਕ ਗਲੀ ਮਹੱਲੇ ਕੌਂਸਲ ਵਾਰਡ ਤੱਕ ਪਹੁੰਚਣਾ ਚਾਹੀਦਾ, ਜ਼ਮੀਨੀ ਪੱਧਰ ਤੱਕ ਪਹੁੰਚਣਾ ਚਾਹੀਦਾ। ਇੱਕ ਅਖੀਰ ਦੇ ਵਿੱਚ ਇਹ ਦੱਸੋ ਕਿ ਯੋਗਿੰਦਰ ਯਾਦਵ ਦੀ ਭੂਮਿਕਾ ਜਿਹੜੀ ਹੈ ਉਹ ਬੜੀ ਸ਼ੱਕੀ ਜੀ ਬਣੀ ਹੋਈ ਹੈ ਇਸ ਸਭ ਦੇ ਵਿਚਾਲੇ। ਕਿਤੇ ਨਾ ਕਿਤੇ ਜਦੋਂ ਯੋਗਿੰਦਰ ਯਾਦਵ ਦਾ ਨਾਮ ਸਾਹਮਣੇ ਆਉਂਦਾ ਤਾਂ ਉਹਨਾਂ ਦੇ ਉਹ ਲੇਖ ਜਿਹੜੇ ਨੇ ਉਹ ਵੀ ਬੜੇ ਚਰਚਾ ਵਿੱਚ ਆਉਂਦੇ ਨੇ, ਜਿਹੜੇ ਉਹ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਲਿਖਦੇ ਨੇ। ਤੁਸੀਂ ਉਹਨਾਂ ਨੂੰ ਬੜਾ ਨੇੜੇ ਤੋਂ ਵਾਚਿਆ, ਤੁਸੀਂ ਇਹਦੇ ਬਾਰੇ ਥੋੜ੍ਹਾ ਖੁੱਲ੍ਹ ਕੇ ਜੇ ਦੱਸੋ ਕਿ ਕੀ ਭੂਮਿਕਾ ਯੋਗਿੰਦਰ ਯਾਦਵ ਦੀ, ਕੀ ਉਹਨਾਂ ਦੀ ਭੂਮਿਕਾ ਦੇ ਨਾਲ ਕਿਸਾਨਾਂ ਦਾ ਅੰਦੋਲਨ ਜਿਹੜਾ ਉਹ ਸਫਲ ਹੋ ਸਕਦਾ ਕਿ ਜਾਂ ਫਿਰ ਇਹਨੂੰ ਰਾਸ਼ਟਰਵਾਦ ਦਾ ਰੰਗ ਦੇ ਕੇ ਕਿਸੇ ਹੋਰ ਪਾਸੇ ਡੀਰੇਲ ਕੀਤਾ ਜਾ ਰਿਹਾ ਮੁੱਦੇ ਨੂੰ? ਦੇਖੋ ਜੀ, ਜੋਗਿੰਦਰ ਯਾਦਵ ਆ ਜਿਹੜਾ ਉਹਦੇ ਇੱਕ ਰਾਸ਼ਟਰਵਾਦੀ ਵਿਚਾਰਧਾਰਾ ਦਾ ਉਹ ਪੈਰੋਕਾਰ ਆ, ਫੈਡਰਲਵਾਦ ਦਾ ਉਹ ਪੂਰਾ ਕੱਟੜ ਵਿਰੋਧੀ ਆ, ਪੰਜਾਬ ਦਾ ਜਿਹੜਾ ਪਾਣੀ ਲੁੱਟਿਆ ਉਹਦਾ ਉਹ ਪੂਰਾ ਕੱਟੜ ਹਮੇਤੀ ਆ, ਪੰਜਾਬ ਦੇ ਪਾਣੀ ਦੇ ਹੱਕ ਦਾ ਉਹ ਪੂਰਾ ਵਿਰੋਧੀ ਆ, ਤੇ ਜਦੋਂ ਐਸ ਵਾਈ ਐਲ ਦਾ ਮਸਲਾ ਚੱਲਦਾ ਉਹ ਪੂਰਾ ਐਸ ਵਾਈ ਐਲ ਦੇ ਹੱਕ ਚ ਕੰਪੇਨ ਚਲਾਉਂਦਾ, ਅਖਬਾਰਾਂ ਦੇ ਵਿੱਚ ਲੇਖ ਲਿਖਦਾ। ਈਵਨ ਹੁਣ ਵੀ ਖੇਤੀ ਜਦੋਂ ਬਿੱਲ ਆਏ ਨੇ ਉਹਨੇ ਦਾ ਪ੍ਰਿੰਟ ਦੇ ਵਿੱਚ ਇੱਕ ਲੇਖ ਲਿਖਿਆ ਤੇ ਉਹਨੇ ਸਾਬਤ ਕੀਤਾ ਵੀ ਇਹ ਜਿਹੜੇ ਖੇਤੀ ਬਿੱਲ ਨੇ ਖੇਤੀ ਖੇਤਰ ਲਈ ਬਹੁਤ ਲਾਹੇਵੰਦ ਨੇ, ਪਰ ਇਹਦੇ ਗਾਹਕ ਕਿਸਾਨਾਂ ਤੇ ਹੋਰਾਂ ਤੇ ਕੀ ਅਸਰ ਪੈਣਗੇ ਹਾਲੇ ਮੈਂ ਕੁਝ ਕਹਿ ਨਹੀਂ ਸਕਦਾ ਜੀ। ਹੁਣ ਯੋਗਿੰਦਰ ਯਾਦਵ ਦਾ ਜਿਹੜਾ ਰੋਲ ਇਹ ਆ, ਉਹ ਕੋਈ ਵੀ ਰਾਜ ਆਪਣੇ ਪੈਰਾਂ ਤੇ ਨਾ ਖੜੇ, ਰਾਜ ਦੇ ਹੱਕਾਂ ਲਈ ਗੱਲ ਨਾ ਚੱਲੇ, ਰਾਜਾਂ ਲਈ ਵੱਧ ਅਧਿਕਾਰਾਂ ਦੀ ਗੱਲ ਨਾ ਚੱਲੇ। ਇਸ ਕਰਕੇ ਉਹ ਮੁਲਕ ਭਰ ਦੇ ਵਿੱਚ ਕਿਸਾਨ ਅੰਦੋਲਨ ਨੂੰ ਉਹਨਾਂ ਦੀਆਂ ਜੜਾਂ ਨਾਲ ਉਹ ਖੇਡ ਕੇ ਉਹਨੂੰ ਇੱਕ ਆਲ ਇੰਡੀਆ ਰੂਪ ਦੇਣਾ ਚਾਹੁੰਦਾ। ਅੱਜ ਵੀ ਮੈਂ ਦਾਅਵੇ ਨਾਲ ਕਹਿਣਾ ਇਹ ਕਿਸਾਨ ਅੰਦੋਲਨ ਦੇਸ਼ ਭਰ ਦੇ ਕਿਸਾਨਾਂ ਦਾ ਅੰਦੋਲਨ ਨਹੀਂ ਹੈ ਜੀ, ਪੰਜਾਬ ਦਾ ਜਾਂ ਇੱਕ ਹੱਦ ਤੱਕ ਹਰਿਆਣੇ ਦਾ ਅੰਦੋਲਨ ਆ, ਕਿਉਂਕਿ ਜਿੱਥੇ MSP ਖੋਹੀ ਜਾ ਰਹੀ ਆ,
ਜਿੱਥੇ ਐਮਐਸਪੀ ਦਿੱਤੀ ਹੋਈ ਨਹੀਂ ਹੋਈ ਉਹਨਾਂ ਦਾ ਅੰਦੋਲਨ ਨਹੀਂ ਹੈ। ਤੁਸੀਂ ਇੱਕ ਜਥੇਬੰਦੀਆਂ ਦੀ 500 ਜਥੇਬੰਦੀਆਂ 800 ਜਥੇਬੰਦੀਆਂ ਇੱਕ ਫਰਾਡ ਆ, ਦੋ ਦੋ ਬੰਦਿਆਂ ਦੀਆਂ ਜਥੇਬੰਦੀਆਂ ਨੇ ਜੀ। ਕਿਤੇ ਦੇਸ਼ ਦੇ ਵਿੱਚ ਕੋਈ ਸੰਘਰਸ਼ ਨਹੀਂ ਚੱਲ ਰਿਹਾ ਜਿਹੜੀਆਂ ਗੱਲਾਂ ਤੇ ਪੰਜਾਬ ਦੇ ਵਿੱਚ ਚੱਲ ਰਿਹਾ। ਜਿਹੜਾ ਜਗਿੰਦਰ ਯਾਦਵ ਆ ਉਹ ਇਸ ਸਾਰੇ ਕਿਸਾਨ ਘੋਲ ਨੂੰ 2024 ਦੀ ਲੋਕ ਸਭਾ ਦੀਆਂ ਵੋਟਾਂ ਦੇ ਬਾਲਣ ਦਾ ਖਾਜਾ, ਵੋਟਾਂ ਦੀ ਭੱਠੀ ਦਾ ਬਾਲਣ ਬਣਾਉਣਾ ਚਾਹੁੰਦਾ। ਉਹਨੇ ਆਪਦਾ ਵਿਚਾਰ ਸਪਸ਼ਟ ਕੀਤਾ ਹੋਇਆ, ਉਹਨੇ ਕਿਹੜੇ ਕਿਹੜੇ ਲੁੱਕ ਰੱਖੀ ਹੈ ਜੀ। ਜਦੋਂ ਅੰਦੋਲਨ ਖੜਾ ਹੋਇਆ ਮਾਨਸਾ ਆਇਆ, ਉਹਨੇ ਕਿਹਾ ਪਹਿਲੀ ਵਿਕਟ ਸਿੱਟ ਲਈ ਹਰਸਿਮਰਤ ਕੌਰ ਦੀ, ਦੂਜੀ ਵਿਕਟ ਸਿੱਟਣੀ ਆ ਦੁਸ਼ਯੰਤ ਚੌਟਾਲਾ ਦੀ। ਉਹਨੇ ਹਰਿਆਣੇ ਦਾ ਕਿਸਾਨ ਅੰਦੋਲਨ ਜਿਹੜਾ ਰਾਜਾਂ ਦੇ ਅਧਿਕਾਰ ਲਈ ਚੱਲਣਾ ਸੀ, ਕਿਸਾਨਾਂ ਲਈ ਚੱਲਣਾ ਸੀ, ਦੁਸ਼ਯੰਤ ਚੌਟਾਲਾ ਦੇ ਅਸਤੀਫੇ ਤੱਕ ਸੀਮਿਤ ਕਰਕੇ ਰੱਖਤਾ। ਤੇ ਫਿਰ ਉਹਨੇ ਕਿਹਾ ਤੀਜੀ ਵਿਕਟ ਸਿੱਟਣੀ ਆ 24 ਚ ਮੋਦੀ ਦੀ ਜੀ। ਇਹ ਅੰਨਾ ਅੰਦੋਲਨ ਚੱਲਿਆ ਉਹਦੇ ਵੀ ਕਰਤਾ ਧਰਤਾ ਇਹੀ ਸੀ। ਉਹਦੇ ਵਿੱਚੋਂ ਵੀ ਇਹਨਾਂ ਨੇ ਆਮ ਆਦਮੀ ਪਾਰਟੀ ਕੱਢੀ ਸੀ। ਆਮ ਆਦਮੀ ਪਾਰਟੀ ਕੀ ਹੈ, ਉਹਦਾ ਕੀ ਰੋਲ ਹੈ ਵੱਖਰਾ। ਇਹਨਾਂ ਨੇ ਇੱਕ ਸਵਰਾਜ ਅੰਦੋਲਨ ਵੀ ਚਲਾਇਆ ਸੀ, ਬੜੇ ਟਰੈਕਟਰ ਭਜਾਏ ਉਹਨਾਂ ਨੇ। ਅੰਦੋਲਨ ਵੀ ਚਲਾਇਆ ਸੀ, ਸਮਰਾਜ ਅੰਦੋਲਨ ਦੇ ਵਿੱਚ ਇਹਨਾਂ ਨੇ ਮੁਹਿੰਮ ਇਹੀ ਚਲਾਈ ਸੀ ਵੀ ਲੋਕਾਂ ਨੂੰ ਅਸੀਂ ਜਾ ਕੇ ਦੱਸਾਂਗੇ ਰਾਸ਼ਟਰ ਦੀਆਂ ਕੀ ਲੋੜਾਂ ਨੇ, ਭਾਰਤ ਦੀਆਂ ਕੀ ਲੋੜਾਂ ਨੇ, ਉਹ ਕਿਵੇਂ ਜਿਹੜਾ ਮੋਦੀ ਆ ਪੂਰੀਆਂ ਨਹੀਂ ਕਰ ਰਿਹਾ। ਸੋ ਇਸ ਕਰਕੇ ਉਹਦਾ ਇਹ ਸਿਆਸੀ ਪੈਂਤੜਾ, ਇਹਦਾ ਉਹ ਵਿਚਾਰਕ ਧਾਰਕ ਪੈਂਤੜਾ, ਉਹ ਹੁਣ ਹੁਣ ਵੀ ਆਹੀ ਲੜਾਈ ਆ ਪੰਜਾਬ। ਦੇਖੋ ਭਾਜਪਾ ਦੇ ਸਾਹਮਣੇ ਦੋ ਸਵਾਲ ਨੇ ਜੀ। ਪੰਜਾਬ ਦੇ ਅੰਦੋਲਨ ਨੇ ਭਾਜਪਾ ਦੇ ਪੈਰਾਂ ਹੇਠ ਅੱਗ ਬਾਲਤੀ। ਪੰਜਾਬ ਦੀ ਭਾਜਪਾ ਲੀਡਰਸ਼ਿਪ ਜਿਹੜੀ ਪੰਜਾਬ 'ਚ ਸਰਕਾਰ ਬਣਾਉਣ ਨੂੰ ਫਿਰਦੀ ਸੀ, ਉਹ ਲੇਲਣੀਆਂ ਕੱਢਦੀ ਆ ਵੀ ਪੰਜਾਬ ਦੇ ਕਿਸਾਨਾਂ ਦਾ ਮਸਲਾ ਹੱਲ ਕਰੋ ਜੀ। ਉਹਨਾਂ ਨੇ ਦਬਾਅ ਪਾ ਕੇ ਮੀਟਿੰਗ ਵੀ ਸੱਦ ਲਈ। ਜਿਹੜੀ ਕੇਂਦਰ ਸਰਕਾਰ ਆ ਉਹਨੇ ਸੱਦਾ ਵੀ ਦੇਤਾ, ਪਹਿਲਾਂ 29 ਜਥੇਬੰਦੀਆਂ ਨੂੰ ਦਿੱਤਾ ਸੀ, ਹੁਣ 32 ਕਰਤੀਆਂ ਉਹਦੇ ਵਿੱਚ ਇਕੱਠੀਆਂ। ਕਿਉਂਕਿ ਜਿਹੜੀਆਂ ਪੰਜਾਬ ਦੀਆਂ ਕਿਸਾਨ ਮੰਗਾਂ ਨੇ ਉਹ ਇੱਕ ਹੱਦ ਤੱਕ ਕੇਂਦਰ ਮੰਨਣ ਨੂੰ ਤਿਆਰ ਆ ਜੀ। ਉਹ ਮੰਗਾਂ ਕੀ ਨੇ ਜੀ? ਐਮਐਸਪੀ ਜਾਰੀ ਰਹੇਗੀ ਜੀ, ਐਮਐਸਪੀ ਵੱਧ ਘੱਟ ਕੀ ਵਾਡਾ ਜਾਰੀ ਰਹੇਗੀ, ਅੱਡ ਲਿਖਤੀ ਦੇਣ ਨੂੰ ਤਿਆਰ ਆ। ਕੋਈ ਵੀ ਕੰਪਨੀ ਕਿਸਾਨ ਦੀ ਜ਼ਮੀਨ ਠੇਕੇ ਤੇ ਨਹੀਂ ਲੈ ਸਕੂ, ਲੀਜ਼ ਤੇ ਨਹੀਂ ਲੈ ਸਕੂ, ਫਸਲ ਦਰ ਫਸਲ ਸਮਝੌਤਾ ਹੋਊ, ਇਹ ਕਾਨੂੰਨ ਦੇ ਵਿੱਚ ਵੀ ਇਹ ਲਿਖ ਕੇ ਦੇਣ ਨੂੰ ਵੀ ਤਿਆਰ ਆ। ਕੋਈ ਵੀ ਜਿਹੜਾ ਕਿਸਾਨ ਵਾਲਾ ਕਰਾਰਨਾਮਾ ਹੋਊ, ਅੰਗਰੇਜ਼ੀ 'ਚ ਨਹੀਂ ਹੋਊ, ਉਹ ਪੰਜਾਬੀ ਦੇ ਵਿੱਚ ਹੋਊ, ਸਰਲ ਭਾਸ਼ਾ 'ਚ ਹੋਊ, ਇਹ ਕਾਨੂੰਨ 'ਚ ਵੀ ਲਿਖਿਆ ਹੋਇਆ, ਉਹ ਵੱਖਰਾ ਲਿਖ ਕੇ ਦੇਣ ਨੂੰ ਵੀ ਤਿਆਰ ਆ ਜੀ। ਪਰ ਜਿਹੜਾ ਜੋਗਿੰਦਰ ਯਾਦਵ ਆ ਉਹ ਇਸ ਅੰਦੋਲਨ ਨੂੰ ਮੋਦੀ ਦੇ ਖਿਲਾਫ ਇੱਕ ਰਾਸ਼ਟਰੀ ਅੰਦੋਲਨ 'ਚ ਬਦਲਣਾ ਚਾਹੁੰਦਾ, ਕੇਜਰੀਵਾਲ ਬਣਨਾ ਚਾਹੁੰਦਾ, ਇੱਦਾਂ ਲਾੜੀ 2024 ਦੀ ਲੋਕ ਸਭਾ ਚੋਣ ਤੇ ਕੇਂਦਰਿਤ ਕਰੇ। ਹੁਣ ਇੱਕ ਇੱਕ ਕੋਸ਼ਿਸ਼ ਹੈ ਇਹ, ਹੁਣ ਉਹਨਾਂ ਦੀ ਵੀ ਪੰਜਾਬ ਦਾ ਕਿਸਾਨਾਂ ਨੂੰ ਸ਼ਾਂਤ ਕੀਤਾ ਜਾਵੇ, ਜੋ ਇਹ ਗੱਲਾਂ ਕਹਿੰਦੇ ਨੇ ਵੀ ਸਾਡੇ ਨਾਲ ਐ ਹੋ ਜੂ। ਦੇਖੋ ਬਿੱਲ ਤਾਂ ਵਾਪਸ ਹੋਣੇ ਨਹੀਂ, ਯਕੀਨਦਾਨੀਆਂ ਦੇ ਦੇਣਗੇ, ਮਾੜੀ ਮੋਟੀ ਸੋਧ ਹੋ ਸਕਦਾ ਹੋਵੇ, ਪਰ ਜੇ ਸੈਂਟਰ ਸਰਕਾਰ ਇੱਕ ਸਮਝੌਤਾ ਕਰ ਲਿਆ ਸੋਧਾਂ ਦੇ ਬਰਾਬਰੇ ਹੋ ਜਾਂਦਾ। 24 ਤੱਕ ਇਹਨਾਂ ਨੇ ਪਹਿਲਾਂ ਵੀ ਇਹ ਐਮਐਸਪੀ ਜਿਹੜੀ ਬੰਦ ਕਰਨ ਦਾ ਇਰਾਦਾ ਹੈ ਨਹੀਂ ਸੀ, ਮੈਂ ਪਹਿਲਾਂ ਵੀ ਤੁਹਾਨੂੰ ਕਹਿੰਦਾ ਰਿਹਾ। ਹੁਣ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਛਾਪਾ ਪਾਤਾ ਜੋਗਿੰਦਰ ਯਾਦਵ ਨੇ, ਰਾਤ ਸਟੇਟਮੈਂਟ ਇੱਕ ਜਾਰੀ ਕੀਤੀ ਕਿ ਪੰਜਾਬ ਦਾ ਸੁਖਾਵਾ ਮਾਹੌਲ ਬਣਾਉਣ ਲਈ ਪਹਿਲਾਂ ਰੇਲ ਗੱਡੀਆਂ ਦੀ ਆਵਾਜਾਈ ਚਾਲੂ ਕਰੋ ਜੀ। ਉਹਦੇ ਵਿੱਚ ਸਾਰੇ ਮੁਲਕ ਦੇ ਲੋਕਾਂ ਨੂੰ ਸੱਦਾ ਦਿੱਤਾ ਵੀ 12 ਤਰੀਕ ਨੂੰ ਰਾਸ਼ਟਰਪਤੀ ਨੂੰ 1,00,000 ਟੈਲੀਗ੍ਰਾਮਾਂ ਕਰੋ ਕਿ ਪੰਜਾਬ ਦੇ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਚਾਲੂ ਕੀਤੀ ਜਾਵੇ। ਦੂਜਾ, ਦੋ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਜਿਹੜੀਆਂ ਅਹਿਮ ਜਥੇਬੰਦੀਆਂ ਨੇ, ਜਿਹੜੀਆਂ ਕਮੇਟੀ ਦੇ ਵਿੱਚ ਨਹੀਂ ਸੀ ਪਰ ਆਲੇ ਦੁਆਲੇ ਜੁੜ ਕੇ ਚੱਲਦੀਆਂ ਸੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੰਮ੍ਰਿਤਸਰ ਵਾਲੀ ਤੇ ਏਕਤਾ ਉਗਰਾਹਾਂ, ਉਹਨਾਂ ਨੇ ਵੀ ਇਹ ਪੋਜੀਸ਼ਨ ਲੈ ਲਈ ਵੀ ਸਾਰੇ ਮੁਲਕ ਦੀਆਂ ਕਿਸਾਨ ਜਥੇਬੰਦੀਆਂ ਦਾ ਮੀਟਿੰਗ ਸੱਦੋ ਜੀ, ਉਹਦੇ ਵਿੱਚ ਸਮਝੌਤਾ ਕਰੋ। ਹੁਣ ਜੇ ਤਾਂ ਪੰਜਾਬ ਵਾਲੀ ਗੱਲ ਮੰਨੀ ਜਾਂਦੀ ਆ, ਇਹਨੂੰ ਭਾਜਪਾ ਹੋਰ ਤਰ੍ਹਾਂ ਹੱਲ ਕਰ ਲੂ। ਜੇ ਇਹ ਅੜ ਕੇ ਵੀ ਨਹੀਂ, ਅਸੀਂ ਨੀ ਜੀ ਸਾਰੇ ਦੇਸ਼ ਦੀਆਂ ਨਾਲ ਗੱਲ ਕਰੋ, ਤਾਂ ਉਹ ਤਾਂ ਉਹੀ ਹੋਣਾ। ਸ਼ਾਹ ਮੁਹੰਮਦ ਆ ਗਏ ਸੀ ਫਰੰਗੀ ਨੂੰ ਮਾਰਨੇ ਨੂੰ, ਅੱਗੋਂ ਚਾਬੀਆਂ ਹੱਥ ਫੜਾ ਆਏ, ਫਿਰ 24 ਤੱਕ ਇਹ ਕੈਂਸ ਕੈਂਸ ਚੱਲਦੀ ਰਹਿਣੀ ਆ। ਨਵੀਂ ਸਰਕਾਰ ਜਿਹੜੀ ਬਣਨੀ ਆ ਉਹਦੇ ਵਿੱਚ ਰਾਹੁਲ ਗਾਂਧੀ ਨੇ ਕਿਹਾ ਹੀ ਹੋਇਆ ਵੀ ਅਸੀਂ ਇਹ ਕਾਨੂੰਨ ਰੱਦ ਕਰਨੇ ਆ। ਹਾਲੇ ਤੱਕ ਤਾਂ ਕਿਸੇ ਨੇ ਕਾਨੂੰਨ ਇੱਕ ਦੂਜੇ ਦੇ ਬਣਾਏ ਰੱਦ ਕੀਤੇ ਨਹੀਂ, ਕਿਉਂਕਿ ਵੋਟ ਬਾਅਦ ਆ ਮੌਕੇ ਤੇ ਫਿਰ ਕਹਿ ਦੇਣੇ ਕਾਨੂੰਨਾਂ ਦੇ ਮਾੜੇ ਅਸਰ ਆ ਜਿਹੜੇ, ਉਹਨਾਂ ਨੂੰ ਰੋਕਣ ਲਈ ਅਸੀਂ ਆਹ ਗੱਲਾਂ ਕਰ ਲੈਂਦੇ ਹਾਂ। ਸੋ ਇਸ ਕਰਕੇ ਭਾਜਪਾ ਦੇ ਦੋਹਾਂ ਹੱਥੀ ਲੱਡੂ ਨੇ, ਪਰ ਫੌਰੀ ਤੌਰ ਤੇ ਉਹ ਜਿਹੜਾ ਆਲ ਇੰਡੀਆ ਮੁਹਿੰਮ ਬਣਾਉਣਾ ਚਾਹੁੰਦੇ ਨੇ ਉਹਨੂੰ ਐਡ ਕਰਨਾ ਚਾਹੁੰਦੀ ਆ। ਪੰਜਾਬ ਦਾ ਮਸਲਾ ਕਿਸੇ ਨਾ ਕਿਸੇ ਹਿਸਾਬ ਨਾਲ ਹੱਲ ਕਰਨ ਦੀ ਇੱਛਾ ਜ਼ਾਹਰ ਕਰਦੀ ਆ ਜੀ। ਹਾਲੇ ਕਿੰਨਾ ਕਰਾ ਸਕਦੇ ਆ ਉਹ ਇਹਨਾਂ ਦਾ ਆਪਣੀ ਬੌਧਿਕ ਤੇ ਸਿਆਸੀ ਸਮਰੱਥਾ ਤੇ ਨਿਰਭਰ ਆ। ਜੋ ਅੱਜ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋ ਰਹੀ ਆ ਜੀ, ਬਿਲਕੁਲ ਇਹਦੇ ਇਹਦੇ ਵਿਚਾਲੇ ਬਾਲੀ ਸਾਹਿਬ ਇੱਕ ਹੋਰ ਗੱਲ ਹੈ ਨਾ ਕਿ ਕਿਸਾਨ ਜਿਹੜੇ ਨੂੰ ਕਿਤੇ ਨਾ ਕਿਤੇ ਪਾਟੋ ਧਾੜ ਨਹੀਂ ਹੁੰਦੇ,
कि किसान मजदूर संघर्ष कमेटी कुछ होर कह रही है, उग्राह वाले कुछ होर कहिंदे ने, बाकी जथेबंदियां जिन्हां नूं सद्दा आया वह कुछ होर बोली बोलदियां ने। अखीर दे विच अपना कमेंट दिओ इहदे ते, तुहानूं की लगता कि इहदा भविख की है फिर किसानी संघर्ष का, कि यही है कि 2024 तक उड़ीक रखिए? देखो दोए तरीके ने, इन्हां दे पट तट होण दी भी गुंजाइश आ, 24 तक लमकण दी भी गुंजाइश आ। देखो 24 तक लमकाउण दा मतलब तां बणदा जे किसान अंदोलन होर वड्डी पद्धर ते उभर के खड़ा हो जाए, नहीं मुड़ के इन्हां नूं किसे ने सद्दा भी नहीं देणा आम तौर ते। पर इह तां इक इक करके इन्हां दी अपनी विकट डिगी जांदी है, तां कहिंदे जी उन्हां दी विकटां डिगदियां ने ते आपणियां डिगी जांदियां। मैं तुहानूं इही कहिंदा जी, देखो मैं भी 30-35 साल असीं संघर्ष लड़दे रहे हां, विद्यार्थियां दा भी किसानां दे कोल लड़दे रहे, उहनां नाल मिल के भी चलदे रहे हां। ਹੁਣ ਕਿਸਾਨ ਦਾ ਜ਼ੋਰ ਪੂਰਾ ਭਰਿਆ ਹੋਇਆ ਪੰਜਾਬ ਦੇ ਕਿਸਾਨ ਅੰਦੋਲਨ ਦਾ, ਜੇ ਇਹਨਾਂ ਨੇ ਇਹ ਗੱਲਬਾਤ ਦਾ ਮੌਕਾ ਹੱਥੋਂ ਗਵਾ ਲਿਆ ਤਾਂ ਮੈਨੂੰ ਲੱਗਦਾ ਉਹ ਨੁਕਸਾਨ 'ਚ ਵੀ ਜਾ ਸਕਦਾ ਪੰਜਾਬ ਦੇ। ਜੇ ਹੁਣ ਤੁਸੀਂ ਇਹ ਦੇਖੋ, ਦੋ ਜਥੇਬੰਦੀਆਂ ਜਿਹੜੀਆਂ ਵਿੱਚ ਹੈ ਨੀ, ਦੋਹਾਂ ਨੇ ਤਾਲਮੇਲ ਮੇ ਐਕਸ਼ਨ ਕੀਤੇ, ਰੇਲ ਵਾਲਾ ਅੰਦੋਲਨ ਰੋਕੋ ਹਨੂੰਮਾਨ ਦੀ ਪੁਛ ਮੰਗੋ ਦੋਹਾਂ ਨੇ ਵਧਾਇਆ, ਦੂਜੀਆਂ ਜਥੇਬੰਦੀਆਂ ਨੇ ਤਾਂ ਖਾਲੀ ਕਰਤਾ ਸੀ ਪਹਿਲਾਂ, ਫਿਰ ਹੁਣ ਉਸੇ ਅੰਦੋਲਨ ਦੀ ਮੁੜ ਕੇ ਪੂਰਵ ਸ਼ਰਤ ਰੱਖਤੀ ਵੀ ਪਹਿਲਾਂ ਇਹਨੂੰ ਹੱਲ ਕਰੋ ਜੀ। ਇਹ ਠੀਕ ਆ, ਸਖਾਵਾਂ ਮਾਹੌਲ ਦੀ ਲੋੜ ਹੁੰਦੀ ਆ, ਪਰ ਜਦੋਂ ਤੁਸੀਂ ਗੱਲਬਾਤ ਕਰਨ ਤੋਂ ਪਹਿਲਾਂ ਸ਼ਰਤਾਂ ਲਾਓਗੇ, ਜਿਵੇਂ ਪਹਿਲਾਂ ਇਹਨਾਂ ਨੇ ਕਿਹਾ ਸੀ ਗੱਲਬਾਤ ਤਾਂ ਹੋਊ ਜੀ ਆਰਡੀਨੈਂਸ ਵਾਪਸ ਲੈ ਲਓ, ਗੱਲਬਾਤ ਤਾਂ ਹੋਊ ਜੀ ਤੁਸੀਂ ਖੇਤੀ ਬਿੱਲ ਵਾਪਸ ਲੈ ਲਓ। ਸੋ ਇਸ ਕਰਕੇ ਇਹ ਜਿਹੜੀ ਜਿਹੜੀ ਆ ਇਹ ਪਹੁੰਚ ਹੁੰਦੀਆਂ ਨਾ ਜੀ ਗੱਲਾਂ ਬਾਤਾਂ ਦੀ, ਉਹਨਾਂ ਮਾਮਲਿਆਂ ਦੇ ਵਿੱਚ ਮੈਨੂੰ ਲੱਗਦਾ ਵੀ ਪੰਜਾਬ ਦੀ ਕਿਸਾਨ ਲੀਡਰਸ਼ਿਪ ਆ ਜਿਹੜੀ ਉਹ ਮਾਰ ਖਾ ਰਹੀ ਆ, ਮਾਰ ਖਾਣ ਦੀ ਸੰਭਾਵਨਾ ਲੱਗਦੀ ਆ। ਬਿਲਕੁਲ, ਮਤਲਬ ਕਿ ਇੱਦਾਂ ਕਹਿ ਲਓ ਕਿ ਇਹ ਜੰਗ ਜਿਵੇਂ ਤੁਸੀਂ ਪਹਿਲਾਂ ਕਹਿ ਚੁੱਕੇ 2024 ਤੱਕ ਜਿਹੜਾ ਉਹ ਇੰਤਜ਼ਾਰ ਕਰਨਾ ਪੈ ਸਕਦਾ, ਜਿਸ ਤਰੀਕੇ ਨਾਲ ਕਿਸਾਨਾਂ ਦੇ ਵਿੱਚ ਜਿਹੜੀ ਉਹ ਆਪਸ ਪੰਜਾਬ ਦਾ ਮਸਲਾ ਹੱਲ ਕਰਨਾ ਚਾਹੁੰਦੀ ਆ 2022 ਨੂੰ ਧਿਆਨ ਚ ਰੱਖ ਕੇ। ਬਿਲਕੁਲ, ਜੋਗਿੰਦਰ ਯਾਦਵ ਇਹਨੂੰ 2022 ਤੋਂ ਉਲਟਾ ਕੇ ਲਿਜਾਣਾ ਚਾਹੁੰਦਾ 24 ਤੱਕ ਜੀ। ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਵੀ 22 ਤੱਕ ਫੋਕਸ ਕੀਤਾ ਹੋਇਆ, ਇਹ ਬਣਦਾ ਕੀ ਆ? ਕਿਸਾਨ ਜਥੇਬੰਦੀਆਂ ਨੇ ਉਹ ਕੀ ਫੈਸਲੇ ਲੈਂਦੀਆਂ ਨੇ, 2-4 ਘੰਟੇ ਨੂੰ ਹਕੀਕਤ ਸਾਹਮਣੇ ਆ ਜੂ ਜੀ ਆਪਣੇ ਜੀ। ਬਿਲਕੁਲ, ਸ਼ੁਕਰੀਆ, ਧੰਨਵਾਦ ਮਾਲੀ ਸਾਹਿਬ ਸਾਨੂੰ ਸਮਾਂ ਦੇਣ ਦੇ ਲਈ, ਸਾਡੇ ਨਾਲ ਮੌਜੂਦ ਸਨ ਉੱਘੇ ਸਿਆਸੀ ਮਾਹਰ ਮਾਲਵਿੰਦਰ ਸਿੰਘ ਮਾਲੀ। ਕਿਸਾਨ ਅੰਦੋਲਨ ਦੇ ਹਰ ਪੱਖ ਦੇ ਉੱਤੇ ਬੜੀ ਬੇਵਾਕੀ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ, ਤੁਹਾਡਾ ਇਸ ਬਾਰੇ ਕੀ ਕਹਿਣਾ, ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ। ਲੋਕਰੰਗ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।